ਸਤਿ ਸ੍ਰੀ ਅਕਾਲ, ਤੁਸੀਂ ਪੰਜਾਬੀਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਵੀਰ ਸਿੰਘ ਮੌਜੂਦ ਨੇ। ਵਿਸ਼ਾ ਸਾਡਾ ਕਿ ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਨੇ ਮੌਜੂਦਾ ਦੇਸ਼ ਦੇ ਹਾਲਾਤਾਂ ਉੱਤੇ ਟਿੱਪਣੀ ਕੀਤੀ ਹੈ। ਟਿੱਪਣੀ ਦੇ ਵਿੱਚ ਜ਼ਿਕਰ ਕੀ ਕੁਝ ਕੀਤਾ ਗਿਆ ਉਹਦੇ ਉੱਤੇ ਤਫਤੀਸ਼ ਨਾਲ ਗੱਲਬਾਤ ਕਰਾਂਗੇ। ਜਦੋਂ ਇਹ ਕਿਹਾ ਜਾਂਦਾ ਹੈ ਕਿ ਦੇਸ਼ ਬੇਹੱਦ ਮੁਸ਼ਕਿਲ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ, ਕੱਟੜਪੰਥੀਆਂ ਦਾ ਜ਼ਿਕਰ ਹੈ, ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ ਦਾ ਜ਼ਿਕਰ ਹੈ, ਤੇ ਇਸ ਤੋਂ ਇਲਾਵਾ ਤਾਨਾਸ਼ਾਹੀ ਵਰਗੇ ਹਾਲਾਤ ਸਭ ਦਾ ਜ਼ਿਕਰ ਹੈ ਕਿ ਅਦਾਲਤਾਂ ਨੂੰ ਕਿਸ ਤਰ੍ਹਾਂ ਖੋਰਾ ਲੱਗ ਰਿਹਾ। ਹਮੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬੀਸਤਾਨ ਟੀਵੀ ਜੀ। ਸ਼ੁਕਰੀਆ ਜੀ। ਹਮੀਰ ਸਿੰਘ ਜੀ, ਕਿਸ ਤਰ੍ਹਾਂ ਦੇਖਿਆ ਜਾਵੇ ਇਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਉਹਨਾਂ ਨੇ ਜਿਹੜੀ ਤਲਖ ਟਿੱਪਣੀ ਕੀਤੀ ਹੈ, ਥੋੜਾ ਵਿਸਥਾਰ ਨਾਲ ਦੱਸਿਓ ਕੀ ਕੁਝ ਕਿਹਾ ਗਿਆ ਕਿ ਹਾਲਾਤ ਕਿਸ ਕਦਰ ਮਾੜੇ ਹੋਏ ਨੇ ਦੇਸ਼ ਦੇ। ਅਸਲ ਚ ਚੀਫ ਜਿਹੜਾ ਸਾਡੇ ਚੀਫ ਜਸਟਿਸ ਨੇ ਉਹਨਾਂ ਨੇ ਇੱਕ ਲੈਕਚਰ ਦੇ ਵਿੱਚ ਔਰ ਉਹ ਪੂਰਾ ਡਿਟੇਲ ਦੇ ਵਿੱਚ ਵੀ ਛਪਿਆ ਇਹਨਾਂ ਦਿਨਾਂ ਦੇ ਵਿੱਚ ਇੱਕ ਟਿੱਪਣੀਆਂ ਕੀਤੀਆਂ ਨੇ ਕਿ ਦੇਸ਼ ਦੇ ਵਿੱਚ ਕੀ ਕੇਵਲ ਜਿਹੜਾ ਚੋਣ ਪ੍ਰਣਾਲੀ ਹੈ ਵੀ 5 ਸਾਲਾਂ ਤੱਕ ਇੱਕ ਵਾਰ ਵੋਟ ਪਾਤੀ ਤੇ ਫਿਰ ਜਿੱਤ ਗਏ ਇਹੀ ਲੋਕਤੰਤਰ ਹੈ ਜਾਂ ਇਹ ਕੋਈ ਹੋਰ ਚੀਜ਼ ਹੁੰਦੀ ਹੈ, ਲੋਕਤੰਤਰ ਕੀ ਚੀਜ਼ ਹੁੰਦੀ ਹੈ, ਕੀ ਮਾਅਨੇ ਹੁੰਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਉਹ ਕਹਿੰਦੇ ਨੇ ਵੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ 5 ਸਾਲ ਬਾਅਦ ਵੋਟਾਂ ਨਾਲ ਕੋਈ ਜਿੱਤਿਆ ਤੇ ਫਿਰ ਜਿੱਤ ਜਾਏਗਾ ਤੇ ਇਹ ਤਾਨਾਸ਼ਾਹੀ ਵੱਲ ਨਹੀਂ ਜਾ ਰਿਹਾ। ਇਹ ਵੀ ਵੋਟ ਪ੍ਰਬੰਧ ਰਾਹੀਂ ਵੀ ਤਾਨਾਸ਼ਾਹੀ ਵੱਲ ਜਿਹੜਾ ਰੁਝਾਨ ਲਗਾਤਾਰ ਰਹਿੰਦੇ ਨੇ। ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਕੀ ਰੂਲ ਆਫ ਲਾ, ਕਾਨੂੰਨ ਦਾ ਰਾਜ ਜਾਂ ਕਾਨੂੰਨ ਦੁਆਰਾ ਰਾਜ, ਇਹ ਦੋ ਗੱਲਾਂ ਚ ਵੀ ਬੜਾ ਵੱਡਾ ਫਰਕ ਹੈ। ਉਹਨਾਂ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਮਾਮਲੇ। ਉਹ ਕਹਿੰਦੇ ਨੇ ਵੀ ਕਾਨੂੰਨ ਦਾ ਰਾਜ ਤਾਂ ਹੁਣ ਕਿੰਨੇ ਹੀ ਕਾਨੂੰਨ ਐਸੇ ਬਣ ਜਾਂਦੇ ਨੇ ਜਿਹੜੇ ਕਾਨੂੰਨ ਮਤਲਬ ਜਸਟਿਸ ਨਿਆਂ ਪ੍ਰਣਾਲੀ ਦੇ ਜਾਂ ਜਿਹੜੇ ਵੱਡੇ ਸੰਵਿਧਾਨਕ ਦਾਇਰਾ ਹੈ ਉਹਦੇ ਤੇ ਖਰੇ ਨਹੀਂ ਉਤਰਦੇ। ਉਹਨਾਂ ਨੂੰ ਤੁਸੀਂ ਨਿਰੰਕੁਸ਼ ਕਾਨੂੰਨ ਕਹਿੰਦੇ ਹੋ, ਉਹਨਾਂ ਨੂੰ ਤੁਸੀਂ ਇਸ ਕਿਸਮ ਦੇ ਕਾਨੂੰਨ ਕਹਿੰਦੇ ਹੋ ਜਿਹੜੇ ਅਨਿਆਇਕ ਨੇ, ਨਿਆਂ ਨਹੀਂ ਕਰਦੇ, ਇਨਸਾਫ਼ ਨਹੀਂ ਕਰਦੇ। ਇਹਦਾ ਜ਼ਿਕਰ ਉਹਨਾਂ ਨੇ ਨਹੀਂ ਕੀਤਾ, ਪਰ ਉਹ ਸਾਰਿਆਂ ਦਾ ਇਸ਼ਾਰਾ ਜਿਵੇਂ UAPA ਹੈ, ਜਿਵੇਂ NSA ਹੈ, ਜਿਵੇਂ ਵੱਖ ਵੱਖ ਹੋਰ ਗੱਲਾਂ ਨੇ ਉਹਨਾਂ ਦੇ ਤਹਿਤ ਲੋਕ ਬੰਦ ਕੀਤੇ ਜਾ ਰਹੇ ਨੇ। ਇਹੋ ਜਿਹੇ ਕਿੰਨੇ ਹੀ ਕਾਨੂੰਨ ਨੇ, ਪਹਿਲਾਂ ਵੀ ਟਾਂਡਾ ਪੋਟਾ ਕਿੰਨੇ ਹੀ ਕਾਨੂੰਨ ਲੱਗਦੇ ਰਹੇ ਨੇ ਜਿਹੜੇ ਇਸ ਪੱਧਰ ਦੇ ਉੱਤੇ, ਜਿਹਦੇ ਨਾਲ ਜਿਹੜਾ ਵੱਖਰੇ ਵਿਚਾਰਾਂ ਵਾਲਾ ਕੋਈ ਬੰਦੇ ਨੇ ਉਹਨਾਂ ਨੂੰ ਚੱਕ ਚੱਕ ਕੇ ਤੁਸੀਂ ਜੇਲ੍ਹਾਂ ਦੇ ਵਿੱਚ ਸੁੱਟਦੇ ਹੋ। ਜਿਵੇਂ ਹੁਣੇ ਹੀ ਆਸਾਮ ਤੋਂ ਇੱਕ ਬੜੇ ਵੱਡੇ ਨੌਜਵਾਨ ਆਗੂ ਜਿਹੜੇ ਨੇ ਉਹ ਜੇਲ੍ਹ ਚੋਂ ਜਿੱਤੇ ਨੇ, ਅਖਿਲ ਗੋਗੋਈ। ਅਖਿਲ ਗੋਗੋਈ ਤੇ ਕਿੰਨੇ UAPA ਦੇ ਪਰਚੇ ਦਰਜ ਕਰਤੇ ਸੀ ਕਿ ਨਾਗਰਿਕ ਸੋਧ ਬਿੱਲ ਜਿਹੜਾ ਸੀ ਉਹਦੇ ਖਿਲਾਫ ਉਹ ਪ੍ਰੋਟੈਸਟਾਂ ਦੀ ਅਗਵਾਈ ਕਰਦਾ, ਉੱਥੇ UAPA ਲਾਤੇ। ਹੁਣ ਗੁਹਾਟੀ ਹਾਈ ਕੋਰਟ ਨੇ ਵੀ ਉਹਨੂੰ ਇਹ ਕਹਿ ਕੇ ਬਰੀ ਕਰਤਾ ਵੀ ਇਹ ਕਾਨੂੰਨ ਇਹਨਾਂ ਦਾ ਕੋਈ ਮਤਲਬ ਨਹੀਂ ਹੈ, ਮਤਲਬ ਇਹਦੇ ਤੇ ਲੱਗ ਨਹੀਂ ਸਕਦੇ ਕਿਸੇ ਵੀ ਰੂਪ ਤੇ। ਉਹ MLA ਵੀ ਚੁਣਿਆ ਗਿਆ ਤੇ ਅੱਜ ਕੱਲ ਰਿਹਾ ਹੋਇਆ ਇਸ ਮਾਮਲੇ। ਉਹੀ ਕਹਿਣਾ ਸੀ ਚੀਫ ਜਸਟਿਸ ਦਾ ਕਿ ਜਿਹੜੇ ਜਿਸ ਲੈਵਲ ਦੇ ਇਹੋ ਜਿਹੇ ਕਾਨੂੰਨ ਨੇ, ਕਾਨੂੰਨ ਦੁਆਰਾ ਰਾਜ ਇੱਕ ਹੋਰ ਚੀਜ਼ ਹੁੰਦੀ ਹੈ, ਕਾਨੂੰਨ ਦਾ ਰਾਜ ਹੋਰ ਚੀਜ਼। ਕਾਨੂੰਨ ਦਾ ਰਾਜ ਹਮੇਸ਼ਾ ਐਸੇ ਕਾਨੂੰਨਾਂ ਦੇ ਫਰੇਮਵਰਕ ਚ ਹੁੰਦਾ ਜਿਹੜੇ ਕਾਨੂੰਨ ਇਨਸਾਫ਼ ਪਸੰਦੀ ਦੀ ਬੁਨਿਆਦੀ ਭਾਵਨਾ ਦੇ ਦਾਇਰੇ ਚ ਹੁੰਦਾ। ਨਹੀਂ ਤਾਂ ਪਾਰਲੀਮੈਂਟ ਦੇ ਵਿੱਚ ਮੈਜੋਰਟੀ ਹੁੰਦੀ ਹੈ ਤੇ ਮੈਜੋਰਟੀ ਨਾਲ ਤੁਸੀਂ ਕੋਈ ਵੀ ਕਾਨੂੰਨ ਬਣਾ ਦਿੰਦੇ ਹੋ, ਉਹਨੂੰ ਜ਼ਰੂਰੀ ਨਹੀਂ ਇਸ ਗੱਲ ਲਈ ਮੰਨਿਆ ਜਾਂਦਾ। ਇਸੇ ਕਰਕੇ ਉਹ ਇਹ ਕਹਿੰਦੇ ਨੇ ਕਿ ਫਿਰ ਅਦਾਲਤਾਂ ਦੀ ਤਾਂ ਇਹ ਜ਼ਿੰਮੇਵਾਰੀ ਹੈ ਹੀ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੀ ਕਿ ਉਹ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਕਾਨੂੰਨਾਂ ਦੀ ਵਿਆਖਿਆ ਕਰਨ, ਕਾਨੂੰਨਾਂ ਦੀ ਵਿਆਖਿਆ ਕਰਕੇ ਦੱਸਣ ਕਿ ਇਹ ਠੀਕ ਨੇ ਜਾਂ ਨਹੀਂ ਠੀਕ ਨੇ। ਜੇ ਸੰਵਿਧਾਨ ਦੀ ਭਾਵਨਾ ਦੇ ਬੁਨਿਆਦੀ ਜਿਹੜੇ ਉਹਦਾ ਢਾਂਚਾ ਹੈ ਉਹਦੇ ਖਿਲਾਫ਼ ਨੇ ਤਾਂ ਫਿਰ ਉਹ ਕਾਨੂੰਨ ਨਹੀਂ ਚੱਲ ਸਕਦੇ ਦੇਸ਼ ਦੇ ਵਿੱਚ।
ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਇਹ ਵਿਧਾਨ ਸਭਾ ਵਿਧਾਨ ਪਾਲਿਕਾ ਜਿਹੜੀ ਹੈ ਪਾਰਲੀਮੈਂਟ ਜਾਂ ਵਿਧਾਨ ਸਭਾ ਵਾ ਔਰ ਐਗਜੈਕਟਿਵ ਜਿਹੜੀ ਸਰਕਾਰ ਹੈ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਕਾਨੂੰਨ ਦੇ ਅਨੁਸਾਰ ਕੰਮ ਕਾਨੂੰਨ ਇਹੋ ਜਿਹੇ ਬਣ ਆਉਣ ਜਾਂ ਇਸ ਤਰ੍ਹਾਂ ਲਾਗੂ ਕੀਤੇ ਜਾਣ ਜਾਂ ਇਸ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਲੋਕਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਇਨਸਾਫ ਨਹੀਂ ਹੋ ਜਾਵੇ ਤੇ ਇਹ ਉਹਨਾਂ ਦੀ ਵੀ ਓਡੀ ਉਹ ਜ਼ਿੰਮੇਵਾਰੀ ਉਹ ਕਹਿੰਦੇ ਨੇ ਸਮਾਜ ਦੀ ਜਾਗਰੂਕਤਾ ਜਿਹੜੀ ਹੈ ਉਹ ਬੜੇ ਵੱਡੇ ਪੱਧਰ ਤੇ ਹੋਊ ਇਸੇ ਲਈ 5 ਤੋਂ 5 ਸਾਲ ਦੇ ਦੌਰਾਨ ਦੇ ਵਿੱਚ ਉਹਨਾਂ ਨੇ ਇਹਨੂੰ ਵਾਜਬ ਠਹਿਰਾਇਆ ਕਿ ਜਾਗਰੂਕ ਲੋਕ ਜਮਹੂਰੀਅਤ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਪ੍ਰੋਟੈਸਟ ਕਰਦੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਨੇ ਔਰ ਇਹ ਲੋਕਤੰਤਰ ਦਾ ਇੱਕ ਮਜ਼ਬੂਤ ਆਧਾਰ ਬਣ ਜਾਂਦੇ ਨੇ ਜਦੋਂ ਤੁਸੀਂ ਉਸ ਕਿਸਮ ਦੀਆਂ ਗੱਲਾਂ ਜਦੋਂ ਨਹੀਂ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ ਜਾਂ ਕਾਨੂੰਨ ਦੇ ਰਾਹੀਂ ਨਹੀਂ ਕੀਤੀਆਂ ਜਾਂਦੀਆਂ ਤਾਂ ਲੋਕ ਆਪਣੇ ਆਪ ਉਹਨੂੰ ਯਾਦ ਦਿਵਾਉਂਦੇ ਨੇ ਕਿ ਇਹ ਤੁਹਾਡੀਆਂ ਗੱਲਾਂ ਗਲਤ ਨੇ ਔਰ ਇਹ ਨਹੀਂ ਚੱਲ ਸਕਦੀਆਂ ਇਸ ਦੇਸ਼ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਇੱਕ ਇਹ ਵੀ ਗੱਲਾਂ ਨੇ ਕਿ ਜਿਹੜਾ ਜਿੰਨਾ ਗਰੀਬ ਵਰਗ ਹੈ ਜਾਂ ਜਿੰਨੇ ਜਿਹੜੇ ਇਕੁਐਲਿਟੀ ਦਾ ਕੁਐਸਚਨ ਹੈ ਬਰਾਬਰੀ ਦਾ ਸਵਾਲ ਜਿਹੜਾ ਸੰਵਿਧਾਨ ਦੀ ਬੁਨਿਆਦੀ ਸਪਿਰਿਟ ਹੈ ਸੰਵਿਧਾਨ ਦੇ ਨਿਰਦੇਸ਼ ਸਿਧਾਂਤਾਂ ਦੇ ਵਿੱਚ ਵੀ ਹੈ ਉਹ ਬਰਾਬਰੀ ਦਾ ਕਨਸੈਪਟ ਦੇ ਖਿਲਾਫ ਜਿੰਨੇ ਵੀ ਕਾਨੂੰਨ ਜਾਂਦੇ ਨੇ ਧਾਰਨਾ ਦੇ ਖਿਲਾਫ ਜਾਂ ਉਹਦਾ ਵਿਰੋਧ ਤੇ ਜਿਹੜੀਆਂ ਬਰਾਬਰੀ ਦੀਆਂ ਲੜਾਈਆਂ ਉਹ ਲੋਕਤੰਤਰ ਦੇ ਪੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ ਉਹ ਸਾਰੀਆਂ ਗੱਲਾਂ ਲਗਭਗ ਜਿਹੜੀਆਂ ਇਸ ਸਮੇਂ ਵਾਪਰ ਰਹੀਆਂ ਨੇ ਜਿੰਨੀਆਂ ਵੀ ਚਾਹੇ ਉਹ ਘੱਟ ਗਿਣਤੀਆਂ ਦੇ ਖਿਲਾਫ਼ ਵਾਪਰ ਰਹੀਆਂ ਨੇ ਚਾਹੇ ਉਹ ਵੱਖਰੇ ਵਿਚਾਰਾਂ ਵਾਲੇ ਦੇ ਖਿਲਾਫ਼ ਵਾਪਰ ਰਹੀਆਂ ਨੇ ਚਾਹੇ ਉਹ ਅਲੱਗ ਅਲੱਗ ਕਿਸਮ ਦੇ ਜਿਹੜੇ ਹੋਰ ਅੰਦੋਲਨ ਨੇ ਉਹਨਾਂ ਦੇ ਖਿਲਾਫ਼ ਵਾਪਰ ਰਹੀਆਂ ਨੇ ਉਹਨਾਂ ਦੇ ਲਗਭਗ ਬਿਨਾਂ ਨਾਮ ਲਏ ਕਿਸੇ ਪਾਰਟੀਕੁਲਰ ਅੰਦੋਲਨ ਦਾ ਜਾਂ ਵਿਅਕਤੀਆਂ ਦਾ ਉਹ ਸਾਰੇ ਮੁੱਦਿਆਂ ਤੇ ਸਵਾਲ ਉਠਾਏ ਨੇ ਚਾਹੇ ਈਵਨ ਜੰਮੂ ਕਸ਼ਮੀਰ ਦਾ ਵੀ ਜਿਹੜਾ ਤੁਸੀਂ ਝਟਕੇ ਜਿਵੇਂ ਤੋੜ ਦਿੰਦੇ ਹੋ ਉਹ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਉਸ ਲੈਵਲ ਤੇ ਹੁਣ ਸਵਾਲ ਕੇਵਲ ਇਹ ਪੈਦਾ ਹੁੰਦਾ ਹੈ ਸਾਰੇ ਮਾਮਲੇ ਚੀਫ ਜਸਟਿਸ ਦੀ ਜਿਹੜਾ ਕਹਿਣਾ ਹੈ ਇਹ ਬਹੁਤ ਸਟੀਕ ਹੈ ਕਹਿਣੀ ਦੇ ਤੌਰ ਤੇ ਬਿਲਕੁਲ ਦੇ ਸੋਮੇ ਚੱਲਣਾ ਚਾਹੀਦਾ ਜਿਵੇਂ ਉਹਨਾਂ ਨੇ ਕਿਹਾ ਕਿ ਜੋ ਲੋਕਤੰਤਰ ਦਾ ਇਹ ਬੁਨਿਆਦ ਹੁੰਦੀ ਹੈ ਇਹ ਆਧਾਰ ਹੁੰਦਾ ਇਸ ਤਰੀਕੇ ਨਾਲ ਚੱਲਣਾ ਚਾਹੀਦਾ ਕੀ ਪ੍ਰੈਕਟਿਸ ਦੇ ਵਿੱਚ ਅਮਲ ਦੇ ਵਿੱਚ ਅਦਾਲਤਾਂ ਪਲੱਸ ਵਿਧਾਨ ਪਾਲਿਕਾ ਪਲੱਸ ਕਾਰਜਪਾਲਿਕਾ ਆਪਣੀਆਂ ਭੂਮਿਕਾਵਾਂ ਨਿਭਾ ਪਾ ਰਹੀਆਂ ਨੇ ਜਾਂ ਨਿਭਾ ਰਹੀਆਂ ਨੇ ਜਿੰਨੇ ਕੇਸ ਪੈਂਡਿੰਗ ਪਏ ਨੇ ਸੁਪਰੀਮ ਕੋਰਟ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਜਿਹਨੂੰ ਕਹਿੰਦੇ ਹੈਬੀਅਸ ਕਾਰਪਸ ਪੈਂਦੀ ਹੈ ਇੱਕ ਜਿਹੜੇ ਜੇ ਬੰਦੇ ਦੀ ਜਾਨ ਨੂੰ ਖਤਰਾ ਹੋਵੇ ਤਾਂ ਤੁਰੰਤ ਸੁਣਵਾਈ ਹੁੰਦੀ ਜੰਮੂ ਕਸ਼ਮੀਰ ਨਾਲ ਰਿਲੇਟਡ ਕਿੰਨੀਆਂ ਹੀ ਪਈਆਂ ਜਿਹੜੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੇ ਖਿਲਾਫ ਰਿਟਾਂ ਹੁੰਦੀਆਂ ਉਹ ਜਿਹੜੇ ਇਲੈਕਟੋਰਲ ਬੌਂਡ ਨੇ ਇਹਨਾਂ ਦੇ ਮਾਮਲੇ ਦੇ ਵਿੱਚ ਵੀ ਰਿੱਟ ਪਈ ਹੋਈ ਹੈ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਵੀ ਪਈ ਹੋਈ ਹੈ ਨਾਗਰਿਕ ਸੋਧ ਬਿੱਲ ਦੇ ਮਾਮਲੇ ਦੇ ਵਿੱਚ ਵੀ ਪਈ ਹੋਈ ਹੈ ਕਿੰਨੀ ਮਾਮਲਿਆਂ ਦੇ ਵਿੱਚ ਉਹ ਰਿੱਟਾਂ ਅਜੇ ਪੈਂਡਿੰਗ ਪਈਆਂ ਹੋਈਆਂ ਜਿਵੇਂ ਕਹਿੰਦੇ ਨੇ ਕਿ ਇਨਸਾਫ ਜੇ ਦੇਰੀ ਹੁੰਦੀ ਹੈ ਇਨਸਾਫ ਦੇ ਵਿੱਚ ਸਮੇਂ ਸਿਰ ਨਹੀਂ ਮਿਲਦਾ ਤਾਂ ਇਹ ਕਿਹਾ ਜਾਂਦਾ ਕਿ ਇਨਸਾਫ ਦੇਣ ਤੋਂ ਇਨਕਾਰ ਕੀਤਾ ਜਾ ਇਸ ਇਨਸਾਫ ਮਿਲਦਾ ਤਾਂ ਉਹ ਸਮੇਂ ਮੁਤਾਬਕ ਵੀ ਮਿਲਣਾ ਚਾਹੀਦਾ ਜਦੋਂ ਤੁਹਾਡੇ ਕੋਲ ਕੋਈ ਤਕਲੀਫ ਲੈ ਕੇ ਜਾਂਦਾ ਉਹਨੂੰ ਹੱਲ ਉਸੇ ਸਮੇਂ ਹੋਣੀ ਚਾਹੀਦੀ ਹੈ ਜੇ ਬਹੁਤ ਲੰਬੇ ਸਮੇਂ ਬਾਅਦ ਕੁਛ ਉਸ ਲੈਵਲ ਤੇ ਹੁੰਦੀ ਹੈ ਫਿਰ ਨਹੀਂ ਕੁਝ ਹੁੰਦੀ ਹੁਣ ਐਗਜੈਕਟਿਵ ਤਾਂ ਕੁਝ ਕਰ ਹੀ ਨਹੀਂ ਰਹੀ ਸਾਡੇ ਸਾਹਮਣੇ ਜੇ ਕੋਰੋਨਾ ਦੀ ਵੀ ਆਪਾਂ ਗੱਲ ਲੈ ਲਈਏ ਕੋਰੋਨਾ ਦੇ ਵਿੱਚ 3 ਮੇਨ ਪੜਾਅ ਆਏ ਸਭ ਤੋਂ ਪਹਿਲਾ ਪੜਾਅ ਇਹ ਆਇਆ ਕਿ ਆਕਸੀਜਨ ਦੀ ਕਮੀ ਹੈ ਤੇ ਲੋਕ ਮਰ ਰਹੇ ਨੇ ਆਕਸੀਜਨ ਤੋਂ ਬਿਨਾਂ ਕੀ ਕੀਤਾ ਜਾ ਉਹ ਚ ਵੀ ਅਦਾਲਤਾਂ ਨੂੰ ਦਖਲ ਦੇਣਾ ਪਿਆ ਸਰਕਾਰਾਂ ਨੂੰ ਕੋਈ ਪਾਲਿਸੀ ਬਣਾਓ ਇਸ ਤਰੀਕੇ ਨਾਲ ਚੱਲੋ ਐਂ ਦਿਓ ਲਗਾਤਾਰ ਸੁਣਵਾਈਆਂ ਹੋਈਆਂ ਹਾਈ ਕੋਰਟਾਂ ਤੋਂ ਸ਼ੁਰੂ ਹੋ ਕੇ ਫਿਰ ਸੁਪਰੀਮ ਕੋਰਟ ਤੱਕ ਤੇ ਫਿਰ ਆ ਗਿਆ ਸਟਾਫ ਦੀ ਬੈੱਡਾਂ ਦੀ ਵੈਂਟੀਲੇਟਰ ਦੀ ਇਹ ਸਾਰੀਆਂ ਕਮੀਆਂ ਦਾ ਜਿਹੜਾ ਸਵਾਲ
ਉਹਦੇ ਚ ਵੀ ਅਦਾਲਤਾਂ ਨੂੰ ਦਖਲ ਦੇ ਕੇ ਕਰਨਾ ਪਿਆ। ਫਿਰ ਹੁਣ ਆ ਗਿਆ ਕਿ ਜਿਹੜੇ ਬੰਦਿਆਂ ਦੇ ਬ੍ਰੈਡ ਬੈਨਰ ਜਾਂ ਰੋਟੀ ਕਮਾਉਣ ਵਾਲੇ ਬੰਦੇ ਜਿਹੜੇ ਨੇ ਉਹ ਮਾਰੇ ਗਏ ਕਰੋਨਾ ਦੇ ਵਿੱਚ, ਉਹਨਾਂ ਨੂੰ ਮੁਆਵਜ਼ਾ ਦੇਣ ਦਾ ਸਵਾਲ ਆ ਗਿਆ। ਸਰਕਾਰ ਕਹਿੰਦੀ ਸਾਡੇ ਕੋਲ ਤਾਂ ਪੈਸੇ ਨੀ, ਅਸੀਂ ਨੀ ਦੇ ਸਕਦੇ। ਫਿਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਕਹਿਤਾ ਜੀ 6 ਹਫ਼ਤਿਆਂ ਦੇ ਵਿੱਚ ਦੱਸੋ ਔਰ ਇੱਕ ਸਨਮਾਨਜਨਕ ਤਰੀਕੇ ਦਾ ਮੁਆਵਜ਼ਾ ਤਾਂ ਦੇਣਾ ਪਏਗਾ, ਪੈਸੇ ਤੁਸੀਂ ਦੇਖ ਲਓ ਕਿੰਨੇ ਦੇਣੇ ਨੇ ਔਰ 6 ਹਫ਼ਤਿਆਂ ਦੇ ਵਿੱਚ ਦਿਓਗੇ ਤੇ ਉਹਦਾ ਪ੍ਰਬੰਧ ਕਰੋ। ਇਹਦਾ ਮਤਲਬ ਇਹ ਹੈ ਕਿ ਸਰਕਾਰੀ ਤੰਤਰ ਜਿਹੜੀ ਐਗਜੈਕਟਿਵ ਹੈ ਉਹ ਤਾਂ ਫਲਾਪ ਹੈ, ਟੁੱਟ ਗਈ, ਉਹ ਆਪਣਾ ਕੰਮ ਨਹੀਂ ਕਰ ਰਹੀ। ਪਾਰਲੀਮੈਂਟ ਵੀ ਆਪਣਾ ਕੰਮ ਨਹੀਂ ਕਰ ਪਾ ਰਹੀ ਔਰ ਕਰ ਨਹੀਂ ਰਹੀ, ਦਿਖਾਈ ਨਹੀਂ ਦੇ ਰਹੀ। ਨਹੀਂ ਤਾਂ ਰੌਲਾ ਪੈਂਦਾ, ਵਿਰੋਧੀ ਧਿਰਾਂ ਕਹਿੰਦੀਆਂ ਪਾਰਲੀਮੈਂਟ ਬੁਲਾਓ, ਸੜਕਾਂ ਤੇ ਆਉਂਦੀਆਂ, ਵੱਖ ਵੱਖ ਕਿਸਮ ਦੇ ਕੰਮ ਹੁੰਦੇ, ਉਹ ਵੀ ਨਹੀਂ ਹੋ ਰਿਹਾ। ਪਿਛਲੇ ਕਾਫੀ ਲੰਬੇ ਸਮੇਂ ਤੋਂ ਅਦਾਲਤਾਂ ਬਾਰੇ ਵੀ ਇਹ ਨਜ਼ਰੀਆ ਲੋਕਾਂ ਦਾ ਬਣਿਆ ਜਿਸ ਤਰੀਕੇ ਨਾਲ ਉਹ ਸੀਗੀਆਂ, ਪਰ ਹੁਣ ਕੁੱਝ ਫੈਸਲੇ ਐਸੇ ਆਉਣੇ ਸ਼ੁਰੂ ਹੋਏ ਨੇ ਜਿਹਦੇ ਕਰਕੇ ਐਂ ਲੱਗਦਾ ਵੀ ਅਦਾਲਤਾਂ ਨੂੰ ਨਜ਼ਰ ਆਉਣ ਲੱਗਿਆ ਵੀ ਫਿਰ ਤਾਂ ਸਿਸਟਮ ਹੀ ਕਿਤੇ ਕੋਲੈਪਸ ਨਾ ਹੋ ਜਾਏ, ਕਿਤੇ ਲੋਕਾਂ ਦਾ ਗੁੱਸਾ ਐਡਾ ਉਬਾਲਾ ਨਾ ਖਾ ਜਾਏ ਕਿ ਮਾੜਾ ਮੋਟਾ ਚਲੋ ਕੁਛ ਕਰਦੇ ਜਾਓ। ਉਹ ਭਾਵਨਾ ਦੇ ਵਿੱਚ ਜਿਹੜਾ ਚੀਫ ਜਸਟਿਸ ਨੇ ਕਿਹਾ ਉਹ ਇਹ ਹੈ ਕਿ ਦੇਸ਼ ਨੇ ਜੇ ਚੱਲਣਾ ਹੈ ਤਾਂ ਇਹ ਜਿਹੜਾ ਮੌਜੂਦਾ ਤੌਰ ਤਰੀਕਾ ਇਹ ਨਹੀਂ ਚਲਾ ਸਕਦਾ, ਇਹ ਕੰਮ ਨਹੀਂ ਦੇਗਾ, ਇਹਦੇ ਚ ਬਦਲਾਅ ਕਰਨਾ ਬੜਾ ਜ਼ਰੂਰੀ ਹੈ, ਇਹਦੇ ਚ ਤਬਦੀਲੀ ਕਰਨੀ ਬਣੀ। ਇਹ ਲਭੋ ਲੁਭਾਵ ਹੈ ਜਿਹੜਾ ਚੀਫ ਜਸਟਿਸ ਦੇ ਬੁਨਿਆਦੀ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੇ ਕਹੀਆਂ। ਜੀ 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 ਬਿਲਕੁਲ। ਹਮੀਰ ਸਿੰਘ ਜੀ, ਇੱਕ ਖਾਸ ਗੱਲ ਇਹ ਹੈ ਕਿ ਜਦੋਂ ਤਾਨਾਸ਼ਾਹੀ ਦੀ ਜਾਂ ਕੱਟੜਪੰਥੀ ਦੀ ਜਾਂ ਇਹ ਵੀ ਟਿੱਪਣੀ ਕੀਤੀ ਜਾਂਦੀ ਹੈ ਕਿ ਸਿਆਸੀ ਆਗੂ ਜਿਹੜੇ ਨੇ ਉਹ ਕਾਨੂੰਨ ਦੀ ਦੁਰਵਰਤੋਂ ਕਰਦੇ ਨੇ ਇੱਕ ਦੂਜੇ ਨੂੰ ਟਿੱਬੀ ਲਾਉਣ ਦੇ ਲਈ, ਇਹ ਸਾਰਾ ਕੁਝ ਜਦੋਂ ਸੁਪਰੀਮ ਕੋਰਟ ਦੇ ਧਿਆਨ ਵਿੱਚ ਹੈਗਾ ਕਿ ਦੇਸ਼ ਕਿਸ ਤਰ੍ਹਾਂ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ, ਤਾਂ ਹੱਥ ਕਿੰਨੇ ਬੰਨੇ ਨੇ ਸੁਪਰੀਮ ਕੋਰਟ ਤੇ? ਸੂ ਮੋਟੋ ਨੋਟਿਸ ਲਿਆ ਜਾਵੇ, ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ, ਜ਼ਿੰਮੇਵਾਰ ਠਹਿਰਾਇਆ ਜਾਵੇ, ਜੇ ਸਰਕਾਰਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤਾਂ ਕੇਂਦਰ ਸਰਕਾਰ ਨੂੰ ਖਿੱਚਿਆ ਜਾਵੇ? ਕਿਉਂ ਨਹੀਂ ਇਸ ਪਾਸੇ ਵੱਲ ਨੂੰ ਤੁਰਿਆ ਜਾਂਦਾ, ਸਿਰਫ ਬਿਆਨਾਂ ਤੱਕ ਹੀ ਸੀਮਤ ਜਾਂ ਆਪਣੇ ਵਿਚਾਰ ਪ੍ਰਗਟਾਵੇ ਤੱਕ, ਜਿਵੇਂ ਤੁਸੀਂ ਕਿਹਾ ਕਿ ਪ੍ਰੈਕਟਿਸ ਦੇ ਵਿੱਚ ਨਹੀਂ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ? ਬਿਲਕੁਲ, ਇਹ ਬਹੁਤ ਵੱਡਾ ਗੈਪ ਹੈ ਇੱਕ ਜਿਹੜਾ ਜਦੋਂ ਤੁਸੀਂ ਮਹਿਸੂਸ ਕਰਦੇ ਹੋ। ਇਹਦੇ ਤੋਂ ਇਹ ਗੱਲ ਤਾਂ ਮਤਲਬ ਲੱਗਣ ਲੱਗ ਗਈ ਨਾ ਕਿ ਚੀਫ ਜਸਟਿਸ ਮਹਿਸੂਸ ਤਾਂ ਸਭ ਕੁਝ ਕਰ ਰਹੇ ਨੇ, ਦੇਖ ਰਹੇ ਨੇ, ਉਹਨਾਂ ਨੂੰ ਪਤਾ ਵੀ ਹੈ ਕਿ ਆਹ ਚੀਜ਼ਾਂ ਇਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ। ਜਦੋਂ ਅਮਲ ਦੀ ਗੱਲ ਆਉਂਦੀ ਹੈ, ਪ੍ਰੈਕਟਿਸ ਦੀ ਗੱਲ ਆਉਂਦੀ ਹੈ, ਜਿਹੜੀ ਤੁਹਾਡੀ ਵੀ ਜ਼ਿੰਮੇਵਾਰੀ ਹੈ ਕਿ ਅਦਾਲਤਾਂ ਤੇ ਜਦੋਂ ਦੂਜਿਆਂ ਤੇ ਕਹਿੰਦੇ ਨੇ ਵੀ ਉਂਗਲ ਉੱਠਦੀ ਹੈ ਤਾਂ ਇੱਕ ਤੁਹਾਡੇ ਵੱਲ ਵੀ ਉਂਗਲ ਉੱਠਦੀ ਹੈ ਨਾ ਕਿ ਤੁਸੀਂ ਤਾਂ ਹੈਲਮ ਆਫ ਦੀ ਅਫੇਅਰ ਹੋ, ਜਿਵੇਂ ਕਹਿੰਦੇ ਨੇ ਤੁਸੀਂ ਤਾਂ ਉਸ ਕੁਰਸੀ ਤੇ ਬੈਠੇ ਹੋ ਜਿੱਥੇ ਤਾਕਤ ਬਣੀ ਹੋਈ ਹੈ ਹੈਗੀ ਹੈ। ਕੀ ਸੁਪਰੀਮ ਕੋਰਟ ਦੇ ਜੱਜਸ ਜਿੰਨੇ ਵੀ ਨੇ ਜਾਂ ਹਾਈ ਕੋਰਟਾਂ ਨੇ, ਹਾਲਾਂਕਿ ਪਹਿਲਕਦਮੀ ਹਾਈ ਕੋਰਟਾਂ ਨੇ ਕੀਤੀ ਹੈ ਕੁਝ ਮਾਮਲਿਆਂ ਦੇ ਵਿੱਚ, ਆ ਚਾਹੇ UAPA ਦੇ ਮਾਮਲੇ ਚ ਵੀ, ਬਾਕੀ ਮਾਮਲਿਆਂ ਦੇ ਵਿੱਚ, ਉਦੋਂ ਬਾਅਦ ਹੀ ਸੁਪਰੀਮ ਕੋਰਟ ਨੇ ਕੁਝ ਕਰਨਾ ਸ਼ੁਰੂ ਕੀਤਾ। ਪਰ ਸਵਾਲ ਇਹ ਹੁੰਦਾ ਕਿ ਕੀ ਜਦੋਂ ਤੁਹਾਡੇ ਤੋਂ ਐਡੀ ਵੱਡੀ ਉਮੀਦ ਹੈ ਪੰਛਾਡੀ ਜੁਡੀਸ਼ਰੀ ਦੇ ਵਿੱਚ, ਐਸੀ ਗੱਲ ਨਹੀਂ ਹੈ ਕਿ ਉਹਨੂੰ ਆਜ਼ਾਦ ਰੱਖਣ ਦੇ ਵਾਸਤੇ ਕੋਈ ਕਾਨੂੰਨੀ ਸ਼ਕਲ ਨਹੀਂ, ਜੱਜਾਂ ਨੂੰ ਤੁਸੀਂ ਹਟਾ ਨਹੀਂ ਸਕਦੇ, ਮਹਾਂਦੋਸ਼ ਦਾ ਮੁਕੱਦਮਾ ਲੱਗਦਾ, ਉਹ ਚ 2/3 ਮੈਜੋਰਿਟੀ ਚਾਹੀਦੀ ਹੈ, ਅੱਜ ਤੱਕ ਕੋਈ ਹਟਾਇਆ ਨਹੀਂ ਗਿਆ ਉਸ ਪੱਧਰ ਦੇ ਉੱਤੇ ਜਿਹਦੇ ਖਿਲਾਫ ਲੱਗਿਆ ਵੀ ਕਦੇ ਮਹਾਂਦੋਸ਼, ਉਹ ਵੀ ਵਿੱਚ ਵਿਚਾਲੇ ਰਹਿ ਗਿਆ, ਤੁਹਾਨੂੰ ਪ੍ਰੋਟੈਕਸ਼ਨ ਹੈ ਪੂਰੀ ਤਨਖਾਹਾਂ ਦੇ ਪੱਖ ਤੋਂ, ਰਹਾਇਸ਼ਾਂ ਦੇ ਪੱਖ ਤੋਂ, ਕਾਨੂੰਨ ਦੇ ਪੱਖ ਤੋਂ, ਬਾਕੀ ਸਾਰੇ ਮਾਮਲਿਆਂ ਦੇ ਵਿੱਚੋਂ। ਪਰ ਫਿਰ ਕੀ ਹੋ ਜਾਂਦਾ, ਇਹਦਾ ਮਤਲਬ ਡਰ ਜਾਂ ਲਾਲਚ ਦੋ ਹੀ ਚੀਜ਼ਾਂ ਨੇ ਜਿਹੜੀਆਂ ਫਿਰ ਉਸਨੂੰ ਪ੍ਰਭਾਵਿਤ ਕਰਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਜਿਵੇਂ ਪਿਛਲੇ ਸਮੇਂ ਦੇ ਵਿੱਚ ਸੀ ਇੱਕ ਸਾਬਕਾ ਚੀਫ ਜਸਟਿਸ, ਪਹਿਲਾਂ ਉਹਨਾਂ ਦਾ ਚੰਗਾ ਇਮੇਜ ਲੋਕਾਂ ਦੇ ਵਿੱਚ, ਪਰ ਜਦੋਂ ਚੀਫ ਜਸਟਿਸ ਰਿਟਾਇਰ ਹੁੰਦੇ ਨੇ ਤੁਰੰਤ ਉਹ ਰਾਜ ਸਭਾ ਸਵੀਕਾਰ ਕਰਦੇ ਨੇ ਤੇ ਰਾਜ ਸਭਾ ਦੇ ਵਿੱਚ ਚਲੇ ਜਾਂਦੇ ਨੇ, ਕੋਈ ਕੂਲਿੰਗ ਪੀਰੀਅਡ ਨਹੀਂ ਹੈ। ਔਰ ਇਹ ਗੱਲ ਦੇਸ਼ ਦੇ ਵਿੱਚ ਬੜੇ ਪੱਧਰ ਤੇ ਉੱਠ ਰਹੀ ਹੈ ਵੀ ਚਾਹੇ ਟੌਪ ਦੇ ਅਫਸਰ ਹੋਣ, ਚਾਹੇ ਕੋਈ ਮਿਲਟਰੀ ਦੇ ਆਦਮੀ ਹੋਣ,
ਚਾਹੇ ਜੱਜ ਹੋਣ, ਉਹਨਾਂ ਲਈ 2 ਜਾਂ 5 ਜਾਂ 5 ਸਾਲ ਘੱਟੋ ਘੱਟ ਕੂਲਿੰਗ ਪੀਰੀਅਡ ਹੋਣਾ ਚਾਹੀਦਾ ਕਿ ਕੋਈ ਵੱਡੀ ਹੋਰ ਵੱਡੀ ਪੋਸਟ ਤੇ ਨਹੀਂ ਜਾ ਸਕਣਗੇ ਜਾਂ ਸਿਆਸਤ 'ਚ ਹਿੱਸੇਦਾਰੀ ਨਹੀਂ ਲੈ ਸਕਣਗੇ। ਤਾਂ ਕਿ ਨਹੀਂ ਤਾਂ ਫਿਰ ਇਹ ਹੁੰਦਾ ਕਿ ਜਿਹੜਾ ਬੰਦਾ ਕੁਰਸੀ ਤੇ ਬੈਠਾ ਹੈ ਉਹ ਜਦੋਂ 1-2 ਸਾਲ ਰਹਿ ਜਾਂਦੇ ਨੇ ਉਦੋਂ ਇਹ ਯੋਜਨਾਬੰਦੀ 'ਚ ਕਿਹਾ ਜਾਂਦਾ, ਜਗਾੜਬੰਦੀ 'ਚ ਪੈਣਾ ਸ਼ੁਰੂ ਹੋ ਜਾਂਦਾ ਕਿ ਇਦੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਹੋਰ ਕੀ ਗੱਲ ਹੋਏਗੀ। ਇਹਦੇ 'ਚ ਫਿਰ ਸੱਤਾਧਾਰੀ ਤੇ ਲਾਜ਼ਮੀ ਹੈ ਕਿ ਉਹਦੇ ਤੱਕ ਹੀ ਉਹਦੇ ਰਸਾਈ ਹੋਏਗੀ ਤੇ ਉਹੀ ਤਾਕਤ 'ਚ ਹੁੰਦੀ ਹੈ, ਉਹੀ ਕੋਈ ਅਹੁਦੇ ਦੇ ਸਕਦੀ ਹੈ ਵੱਖ ਵੱਖ ਕਿਸਮ ਦੇ। ਇੱਕ ਤਾਂ ਇਹ ਗੱਲ ਹੈ, ਦੂਜੀ ਗੱਲ ਇਹ ਵੀ ਹੈ ਕਿ ਅਸਲ ਦੇ ਵਿੱਚ ਸੱਤਾਧਾਰੀ ਧਿਰ ਜਿਸ ਤਰੀਕੇ ਨਾਲ ਵਿਵਹਾਰ ਕਰਦੇ ਨੇ ਜਾਂ ਹੋਰ ਨੇ ਉਹਨਾਂ ਦੇ ਕਿਸੇ ਰਿਸ਼ਤੇਦਾਰਾਂ ਨੂੰ, ਕਿਸੇ ਦੋਸਤਾਂ ਮਿੱਤਰਾਂ ਨੂੰ, ਕਿਸੇ ਆਲੇ ਦੁਆਲੇ ਨੂੰ ਜਿਵੇਂ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ ਕਰਦੀਆਂ ਨੇ ਸੱਤਾਧਾਰੀ ਧਿਰਾਂ, ਤੇ ਉਹ ਦੁਰਵਰਤੋਂ ਕਰਕੇ ਵੀ ਬਾਹਰ ਮਰੋੜਨ ਦਾ ਕੰਮ ਵੀ ਕਿ ਇਨਡਾਇਰੈਕਟਲੀ, ਡਾਇਰੈਕਟ ਤਾਂ ਚਾਹੇ ਤੁਸੀਂ ਨਹੀਂ ਕਰ ਸਕਦੇ ਉਸ ਪੱਧਰ ਦੇ ਉੱਤੇ, ਤੇ ਉਹ ਤਰੀਕਾਕਾਰ ਵੀ ਵਰਤਿਆ ਜਾਂਦਾ ਹੈ ਇਸ ਦੇਸ਼ ਦੇ ਵਿੱਚ। ਔਰ ਚਾਹੀਦਾ ਇਹ ਹੈ ਸੁਪਰੀਮ ਕੋਰਟ ਜਾਂ ਬਾਕੀ ਨੂੰ ਸਗੋਂ ਉਹਨਾਂ ਏਜੰਸੀਆਂ ਦੇ ਵੀ ਹੱਥ ਬੰਨੇ ਕਿ ਉਹ ਆਪਣੀ ਲਿਮਿਟ ਤੋਂ ਬਾਹਰ ਨਾ ਜਾ ਸਕਣ, ਜੇਕਰ ਇਸ ਲੈਵਲ ਇੱਕ ਇਹੋ ਜਿਹਾ ਜਵਾਬ ਦੇ ਪਾਰਦਰਸ਼ੀ ਤਰੀਕਾ ਹੋਵੇ, ਇੱਕ ਡਿਬੇਟ ਕਰਾਈ ਜਾ ਸਕਦੀ ਹੈ ਜਿਹੜਿਆਂ ਤੇ ਉਹ ਸੂ ਮੋਟੋ ਨਹੀਂ ਲੈ ਸਕਦੇ। ਜਦੋਂ ਜੱਜ ਬੋਲਣਾ ਸ਼ੁਰੂ ਕਰਦੇ ਨੇ ਆਪਣੀਆਂ ਟਿੱਪਣੀਆਂ ਦਿੰਦੇ ਨੇ ਵੱਖ ਵੱਖ ਜੱਜਮੈਂਟਾਂ ਤੇ ਤਾਂ ਸਮਾਜ 'ਚ ਇੱਕ ਬਹਿਸ ਹੁੰਦੀ ਤੇ ਉਹ ਬਹਿਸ ਲੋਕਾਂ ਨੂੰ ਜਾਗਰੂਕ ਕਰਦੀ ਹੈ, ਉਹ ਜਾਗਰੂਕਤਾ ਜਿਹੜੀ ਹੈ ਉਹ ਕਾਨੂੰਨਾਂ 'ਚ ਤਬਦੀਲੀ ਕਰਾਉਣ ਦਾ ਆਧਾਰ ਵੀ ਬਣਦੀ ਹੈ ਫਿਰ ਉਸ ਤੋਂ ਬਾਅਦ ਜਾ ਕੇ, ਔਰ ਇਹ ਭੂਮਿਕਾ ਨਿਭਾ ਸਕਦੀਆਂ ਨੇ, ਮਤਲਬ ਨਿਭਾ ਸਕਦੀ ਹੈ ਪ੍ਰੈਕਟੀਕਲੀ ਵੀ ਸੁਪਰੀਮ ਕੋਰਟ। ਪਰ ਪਹਿਲਾਂ ਵੀ ਮੈਂ ਜਿੰਨੇ ਕੇਸਾਂ ਦਾ ਜ਼ਿਕਰ ਕੀਤਾ, ਜਿਹੜੇ ਕੇਸਾਂ ਤੇ ਚਲੋ ਸੂ ਮੋਟੋ ਨਾ ਵੀ ਲਓ, ਜਿਹੜੇ ਬੰਦੇ ਤੁਹਾਡੇ ਕੋਲ ਜਾ ਕੇ ਪਏ ਨੇ 2-2 ਸਾਲ ਤੋਂ ਪੈਂਡਿੰਗ ਕੇ ਹੁੰਦੇ, ਉਹਨਾਂ ਦੀ ਸੁਣਵਾਈ ਤੁਰੰਤ ਹੋ ਕੇ ਜੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਲਤ ਕਾਨੂੰਨ ਰੱਦ ਹੋ ਜਾਣ, 1 ਹੋ ਜਾਏ 2 ਹੋ ਜਾਣ 3 ਹੋ ਜਾਣ ਮੰਨ ਲਓ, ਤਾਂ ਅੱਗੇ ਨੂੰ ਹਿੰਮਤ ਨਹੀਂ ਪੈਂਦੀ, ਤਾਂ ਫਿਰ ਇਹ ਪੈਦਾ ਹੋ ਜਾਂਦਾ ਵੀ ਨਹੀਂ ਇਹ ਖੜਨਾ ਨਹੀਂ ਅਦਾਲਤ 'ਚ ਜਾ ਕੇ, ਇਹ ਕਾਨੂੰਨ ਆਪਾਂ ਨਾ ਬਣਾਈਏ, ਇੱਜ਼ਤ ਨਹੀਂ ਬਚਣੀ। ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਅੱਜ ਨਹੀਂ ਤਾਂ ਤਾਲਾ ਵੱਟ ਦਿਓ, ਮੰਨ ਲਓ ਜੇ 3-4-5 ਸਾਲ ਬਾਅਦ ਉਹਦੇ ਉੱਤੇ ਤੁਸੀਂ ਫਤਵਾ ਵੀ ਦੇ ਤਾ, ਜੱਜਮੈਂਟ ਦੇ ਤੀ, ਉਹ ਹਟਾ ਵੀ ਦਿੱਤੀ, 5 ਸਾਲਾਂ 'ਚ ਜਿੰਨਾ ਜਾਨੀ ਮਾਲੀ ਤੇ ਹੋਰ ਕਿਸਮ ਦਾ ਮਾਨਸਿਕ ਨੁਕਸਾਨ ਹੋ ਗਿਆ ਤਾਂ ਉਹਦੀ ਭਰਵਾਈ ਕੌਣ ਕਰੇ। ਜਿਵੇਂ ਸਾਡੇ ਸਿਸਟਮ ਦੇ ਵਿੱਚ ਹੈ ਕਿ ਕਿੰਨੇ ਹੀ ਬੰਦਿਆਂ ਤੇ ਤੁਸੀਂ ਮੁਕੱਦਮੇ ਦਰਜ ਕਰ ਦਿੰਦੇ, ਥੋੜੇ ਦਿਨ ਪਹਿਲਾਂ ਹੀ 2 ਮੁਸਲਿਮ ਭਰਾ 12 ਸਾਲਾਂ ਬਾਅਦ ਬਾਹਰ ਆਏ, ਤੇ ਜਿਹੜੇ ਬੰਦੇ 12 ਸਾਲ ਜਵਾਨੀ ਦੇ ਲਾ ਕੇ ਬਾਹਰ ਆਏ ਤੇ ਉਹ ਉਹਨਾਂ ਦਾ ਜਿਹੜਾ ਜੀਵਨ ਦਾ ਉਹ ਮਹੱਤਵਪੂਰਨ ਇੱਕ ਜਿਹੜਾ ਗੋਲਡਨ ਪੀਰੀਅਡ ਜਿਹਨੂੰ ਕਹਿੰਦੇ ਆ ਤੇ ਉਹ ਬਰਬਾਦ ਕਰਤਾ, ਉਹਦੇ ਲਈ ਜ਼ਿੰਮੇਵਾਰ ਕੌਣ? ਕਿਸੇ ਦੀ ਜ਼ਿੰਮੇਵਾਰੀ ਤਾਂ ਤੈਅ ਹੋਣੀ ਚਾਹੀਦੀ ਹੈ, ਕਿਸੇ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਵੀ ਆਹ ਬੰਦੇ ਦੋਸ਼ੀ ਨੇ, ਇਹਨਾਂ ਨੂੰ ਆਹ ਸਜ਼ਾ ਮਿਲੇ, ਜਾਂ ਉਹਨਾਂ ਦੇ ਇੰਨੇ ਜੀਵਨ ਦੇ ਕਾਲ ਚਲੇ ਗਏ, ਹਾਲਾਂਕਿ ਮਨੀ ਟਰਮ ਦੇ ਵਿੱਚ ਉਹ ਭਰਪਾਈ ਨਹੀਂ ਹੋ ਸਕਦੀ, ਪਰ ਕੋਈ ਹਰਜਾਨਾ ਤਾਂ ਉਹਨਾਂ ਨੂੰ ਕਿਸੇ ਤੇ ਲਾ ਕੇ ਮਿਲਣਾ ਚਾਹੀਦਾ ਨਾ ਕਿ ਅਗਲੀ ਜ਼ਿੰਦਗੀ ਲਈ ਤੇ ਆਹ ਹਰਜਾਨਾ ਆਹ ਕੰਪਨਸੇਸ਼ਨ ਤੁਹਾਨੂੰ ਉਸ ਰੂਪ ਦੇ ਵਿੱਚ ਦੇ ਰਹੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਉਹਦੇ 'ਚੋਂ ਮਿਸਿੰਗ ਨੇ, ਪ੍ਰੈਕਟਿਸ 'ਚੋਂ ਤਾਂ ਬਿਲਕੁਲ ਹੀ ਮਿਸਿੰਗ ਨੇ, ਕੁੱਝ ਸਿਧਾਂਤਕ ਪੱਧਰ ਤੇ ਵੀ ਮਿਸਿੰਗ ਨੇ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਹਮੀਰ ਸਿੰਘ ਜੀ ਹੋਰ ਇਹਦੇ ਵਿੱਚ ਖਾਸ, ਮੈਂ ਇਸ ਕਰਕੇ ਉਸ ਸ਼ਬਦ ਨੂੰ ਰਿਪੀਟ ਕਰ ਰਿਹਾ ਕਿ ਸੁਪਰੀਮ ਕੋਰਟ ਨੇ ਜਦੋਂ ਤਾਨਾਸ਼ਾਹੀ ਨੂੰ ਲੈ ਕੇ ਟਿੱਪਣੀ ਕੀਤੀ ਹੈ, ਜਦੋਂ ਪਤਾ ਹੈ ਕਿ ਇੱਧਰ ਵਿਰੋਧੀ ਵੀ ਇਲਜ਼ਾਮ ਲਾਉਂਦੇ ਨੇ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਅਣ ਐਲਾਨੀ ਐਮਰਜੈਂਸੀ ਵਰਗੇ ਨੇ, ਜੋ ਕੁਝ ਇਹਦੇ ਤੁਲਨਾ ਕਰਦੇ ਨੇ ਕਿ 1975 ਦੇ ਵਿੱਚ ਇੰਦਰਾ ਗਾਂਧੀ, ਤਾਂ ਅੱਜ ਦੇ ਹਾਲਾਤ ਜਿਹੜੇ ਨੇ ਉਹ ਕਿਤੇ ਵੱਖਰੇ ਨਜ਼ਰ ਨਹੀਂ ਆਉਂਦੇ। ਫਿਰ ਇਹ ਸਭ ਵਰਤਾਰਾ ਜਿਹੜਾ ਹੈ ਇਹ ਕਦੋਂ ਤੋਂ ਹੈ, ਜਦ ਇਹ ਕੀ ਮੋਦੀ ਸਰਕਾਰ ਦੇ ਰਾਜ ਵਿੱਚ ਮੌਜੂਦਾ ਸਰਕਾਰ ਦੀ ਗੱਲ ਹੈ, ਜਾਂ ਫਿਰ ਪਿਛਲੇ ਸਮੇਂ ਦੌਰਾਨ ਵੀ ਕਦੇ ਇਹੋ ਜਿਹੀ ਟਿੱਪਣੀ ਕਰਨ ਦੀ ਜ਼ਰੂਰਤ ਪਈ ਸੁਪਰੀਮ ਕੋਰਟ ਨੂੰ ਕਿ ਤਾਨਾਸ਼ਾਹੀ ਦਾ ਤੋੜ ਜਿਹੜਾ ਉਹ ਸਾਨੂੰ ਲੱਭਣਾ ਪਏਗਾ ਅੱਜ ਜਿਹੋ ਜਿਹੇ ਹਾਲਾਤ ਨੇ, ਜੇ ਲੋਕਤੰਤਰ ਨੂੰ ਬਚਾਉਣਾ ਆ
ਜੇ ਜਮਹੂਰੀਅਤ ਦੇ ਵਿੱਚ ਤੁਸੀਂ ਆਵਾਜ਼ ਚੁੱਕਣੀ ਹੈ ਆਪਣੀ ਤਾਂ ਤੁਹਾਨੂੰ ਤਾਨਾਸ਼ਾਹੀ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ। ਨਹੀਂ ਇਹ ਚੱਲਿਆ ਵਰਤਾਰਾ ਤਾਂ ਬੜੀ ਦੇਰ ਪਹਿਲਾਂ ਤੋਂ ਚੱਲਿਆ, ਪਰ ਪਹਿਲਾਂ ਜਿੱਡਾ ਹੁਣ ਇਹ ਵੱਧ ਗਿਆ, ਜਿੰਨਾ ਇਹਦਾ ਦਾਇਰਾ ਵੱਧ ਗਿਆ ਉਹਨਾਂ ਦਾਇਰਾ ਨੂੰ ਖੋਜ ਕਰੋ। ਇਸ ਤੋਂ ਪਹਿਲਾਂ ਦਾ ਗੱਲ ਕਰਦੇ ਹਾਂ, 1984 ਦੀ ਗੱਲ ਲੈ ਲਓ, 84 ਦੇ ਵਿੱਚ ਜਿੰਨਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਜੇ ਅੱਜ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਉਦੋਂ ਤੋਂ ਲੈ ਕੇ, ਉਦੋਂ ਵੀ ਸਟੇਟ ਦੀ ਦਖਲ ਸੀ ਨਾ ਕਿਸੇ ਨਾ ਕਿਸੇ ਰੂਪ ਚ, ਤੁਹਾਡੇ ਦੇਸ਼ ਦੇ ਵਿੱਚ ਰਾਜਧਾਨੀ ਦੇ ਵਿੱਚ ਹਜ਼ਾਰਾਂ ਬੰਦਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ, ਉਦੋਂ ਦਾ ਪ੍ਰਧਾਨ ਮੰਤਰੀ ਕਹਿੰਦਾ ਬੜਾ ਰੁੱਖ ਡਿੱਗਦਾ ਤਾਂ ਧਰਤੀ ਹਿੱਲਦੀ ਹੈ, ਤੇ ਤਾਂ ਫਿਰ ਅਦਾਲਤਾਂ ਤਾਂ ਜਾਂਚ ਏਜੰਸੀਆਂ ਤੇ ਬਾਕੀ ਕਿੱਥੇ ਗਈਆਂ ਸੀ ਉਦੋਂ। ਹੁਣ 35-36 ਸਾਲਾਂ ਬਾਅਦ ਤਾਂ ਨਾ ਪ੍ਰੂਫ ਉਹ ਸਬੂਤ ਬਸ ਬਚਦੇ ਨੇ, ਨਾ ਉਹ ਬੰਦੇ ਕਈ ਬਚਦੇ ਨੇ, ਨਾ ਗਵਾਹ ਰਹਿੰਦੇ ਨੇ ਇੰਨੇ ਲੰਬੇ ਸਮੇਂ ਦੇ ਵਿੱਚ। ਇਸ ਲਈ ਇਹ ਚੱਲਿਆ ਤਾਂ ਉਦੋਂ ਤੋਂ ਵੀ ਹੈ, ਕਿਉਂਕਿ ਜਦੋਂ ਤੋਂ ਕੋਈ ਵੋਟ ਬੈਂਕ ਦੇ ਇਸੇ ਤਰ੍ਹਾਂ 75 ਦੀ ਐਮਰਜੈਂਸੀ ਵੀ ਉਦੋਂ ਪਹਿਲਾਂ ਇਹਨਾਂ ਹਾਲਾਤਾਂ 'ਚ ਲੱਗੀ, ਜਦੋਂ ਗੁਜਰਾਤ ਤੇ ਬਿਹਾਰ 'ਚ ਵੱਡੇ ਜਨਤਕ ਅੰਦੋਲਨ ਹੋ ਰਹੇ ਸੀ, ਰੇਲਵੇ ਦੀ ਹੜਤਾਲ ਹੋ ਰਹੀ ਸੀ, ਪ੍ਰਧਾਨ ਮੰਤਰੀ ਦੀ ਸੀਟ ਚੈਲੇਂਜ ਹੋ ਗਈ ਕਿ ਤੁਸੀਂ ਦੁਰਵਰਤੋਂ ਕੀਤੀ ਹੈ ਤਾਕਤ ਦੀ, ਇਸ ਕਰਕੇ ਨਹੀਂ, ਉਦੋਂ ਤੋਂ ਚੱਲਦਾ, ਪਰ ਇੰਨਾ ਖੁੱਲ੍ਹੇਆਮ ਨਹੀਂ ਚੱਲਦਾ। ਹੁਣ ਉਹ ਵਿਚਾਰਧਾਰਕ ਰੁੱਖ ਲੈ ਗਿਆ ਟੋਟਲੀ, ਅਸਲ ਦੇ ਵਿੱਚ ਹੁਣ ਜਿਹੜੀ ਹਿੰਦੂ ਤਵੀ ਵਿਚਾਰਧਾਰਾ ਹੈ, ਬੀਜੇਪੀ ਆਉਣ ਤੋਂ ਬਾਅਦ 2014 ਤੋਂ ਬਾਅਦ ਇਹਨਾਂ ਨੇ ਹਿੰਦੂ ਤਵੀ ਵਿਚਾਰਧਾਰਾ ਤੇ ਉਹਨੂੰ ਇੱਕ ਮਿਕ ਕਰਤਾ, ਮਤਲਬ ਪਹਿਲਾਂ ਸੰਵਿਧਾਨ ਦੀ ਵਰਤੋਂ ਹੁੰਦੀ ਸੀ ਸੰਵਿਧਾਨ ਦੀਆਂ ਧਾਰਾਵਾਂ ਦੀ ਦੁਰਵਰਤੋਂ ਕਰਕੇ, ਹੁਣ ਸੰਵਿਧਾਨ ਨੂੰ ਪੁੱਛਿਆ ਵੀ ਨਹੀਂ ਜਾਂਦਾ ਬਹੁਤ ਮਾਮਲਿਆਂ ਕਰਕੇ, ਧਾਰਾਵਾਂ ਦੀ ਵੀ ਲੋੜ ਨਹੀਂ ਪੈਂਦੀ, ਹੁਣ ਤੁਸੀਂ ਹਜੂਮੀ ਹਿੰਸਾ ਪੈਦਾ ਕਰ ਦਿੰਦੀ, ਤੁਹਾਡੇ ਨਾਲ ਸਟੇਟ ਖੜੀ ਹੈ, ਹਿੰਦੂ ਤਾਂ ਵੀ ਭੀੜ ਬੰਦੇ ਮਾਰ ਦਿੰਦੀ ਹੈ, ਤੁਸੀਂ ਕਹਿ ਰਹੇ ਹੋ ਕਿ ਬੰਦਿਆਂ ਦਾ ਜਿਹੜੀ ਆਈਡੈਂਟੀਫਿਕੇਸ਼ਨ ਨਹੀਂ ਹੋਈ, ਪਛਾਣ ਨਹੀਂ ਹੋਈ, ਜੋ ਵੀ ਮਰਦੇ ਹੋ, ਇੱਕ ਟੈਰਰ ਕ੍ਰੀਏਟ ਜਿਹੜਾ ਉਸ ਲੈਵਲ ਤੇ ਹੋ ਰਿਹਾ। ਫਿਰ ਤੁਸੀਂ ਇਸ ਪੱਧਰ ਤੇ ਜਾ ਕੇ ਫੈਸਲੇ ਕਰਤੇ, ਫੈਡਰਲਿਜ਼ਮ ਜਿਹੜਾ ਪਹਿਲਾਂ ਹੀ ਕਮਜ਼ੋਰ ਸੀ ਉਹਨੂੰ ਬਿਲਕੁਲ ਖਤਮ ਕਰਤਾ, ਰਾਜਾਂ ਦੇ ਅਧਿਕਾਰ ਹੀ ਖੋਲੇ, NIA UAP ਦੇ ਚ ਇੰਨੇ ਸੋਧਾਂ ਕਰਤੀਆਂ ਕਿ ਤੁਸੀਂ ਹੁਣ ਸਾਰੀਆਂ ਜਿਹੜਾ ਸਾਈਬਰ ਕ੍ਰਾਈਮ ਹੈ ਟੋਟਲੀ NIA ਕੋਲ ਲੈ ਗਏ, ਉਹ ਮਨਮਾਨੀ ਕਰਦਾ, ਉਹਦੀ ਇਨਵੈਸਟੀਗੇਸ਼ਨ ਜਿਹੋ ਜਿਹੀ ਹੈ ਤੁਹਾਡੇ ਸਾਹਮਣੇ ਹੈ। ਔਰ ਇਹ ਜਿੰਨੇ ਵੀ ਤਬਦੀਲੀਆਂ ਜਿਹੜੀਆਂ ਹੁਣ BJP ਦੇ ਤੌਰ ਤੇ BJP ਤੋਂ ਬਾਅਦ ਹੋ ਰਹੀਆਂ ਨੇ, ਇਹਨੂੰ ਕਲਚਰਲ ਨੈਸ਼ਨਲਿਜ਼ਮ ਦਾ ਨਾਂ ਦਿੱਤਾ ਜਾਂਦਾ, ਸੱਭਿਆਚਾਰਕ ਰਾਸ਼ਟਰਵਾਦ। ਜਦੋਂ ਸੱਭਿਆਚਾਰਕ ਰਾਸ਼ਟਰਵਾਦ ਦੀ ਧਾਰਨਾ ਆਉਂਦੀ ਹੈ ਤਾਂ ਉਹ ਟਕਰਾਅ ਪੈਦਾ ਕਰਦੀ ਹੈ ਦੂਜੇ ਸੱਭਿਆਚਾਰਾਂ ਨੂੰ, ਤੇ ਦੂਜੇ ਸੱਭਿਆਚਾਰ ਜਿਹੜੇ ਘੱਟ ਗਿਣਤੀਆਂ ਦੇ ਨੇ ਤੇ ਦਲਿਤਾਂ ਨੇ ਟ੍ਰਾਈਬਲ ਨੇ, ਤੇ ਲਾਜ਼ਮੀ ਹੈ ਕਿ ਉਹਨਾਂ ਦਾ ਜਿਉਣਾ ਉਦੋਂ ਬਹੁਤ ਵੱਡਾ ਪੱਧਰ ਤੇ ਔਖਾ ਹੋ ਜਾਂਦਾ। ਤਾਂ ਐਲਾਨਣ ਦੇ ਬਜਾਏ ਤਾਨਾਸ਼ਾਹੀ ਐਲਾਨ ਤੀ 75 ਦੀ, ਤਾਂ ਲੋਕਾਂ ਨੂੰ ਪਤਾ ਸੀ ਕਿ ਇਹਦੇ ਖਿਲਾਫ਼ ਲੜਨਾ ਇਹ ਗਲਤ ਕਰ ਰਿਹਾ। ਹੁਣ ਅਣਐਲਾਨੀ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ ਪਛਾਣ ਹੀ ਨਹੀਂ ਹੁੰਦੀ ਬਹੁਤੀ ਵਾਰ ਕਿ ਤਾਨਾਸ਼ਾਹੀ ਹੈ ਜਾਂ ਉਹੋ ਜਿਹਾ ਰੂਪ ਹੈ ਜਾਂ ਉਦੋਂ ਖਤਰਨਾਕ ਹੈ। ਜਦੋਂ ਨਿਸ਼ਾਨਦੇਹੀ ਹੋਣੀ ਬੰਦ ਹੋ ਜਾਏ ਉਦੋਂ ਜ਼ਿਆਦਾ ਖਤਰਨਾਕ ਹੋ ਜਾਂਦਾ। ਜਿਵੇਂ ਅੰਗਰੇਜ਼ਾਂ ਦੇ ਵੇਲੇ ਇੱਕ ਗੱਲ ਸਾਰੇ ਭਾਰਤੀਆਂ ਨੂੰ ਪਤਾ ਸੀ ਵੀ ਅੰਗਰੇਜ਼ਾਂ ਦੇ ਖਿਲਾਫ਼ ਲੜਨਾ, ਇਹਨਾਂ ਨੂੰ ਕੱਢਣਾ ਹੈ ਬਾਹਰਲੇ ਬੰਦੇ, ਪਰ ਅੱਜ ਤਾਂ ਸਾਨੂੰ ਕਿਹਾ ਜਾਂਦਾ ਵੋਟਾਂ ਰਾਹੀਂ ਰਾਜ ਹੈ, ਤੁਸੀਂ ਆਪ ਚੁਣੇ ਹੈ। ਇਸ ਲਈ ਇੱਕ ਕਨਫਿਊਜ਼ਨ ਹੁੰਦਾ ਹੈ ਨਾ ਲੋਕਾਂ ਦੀ, ਮੂਵਮੈਂਟ ਬਣਨ ਦੇ ਵਿੱਚ ਉਲਝਣ ਹੁੰਦੀ ਹੈ ਲੋਕਾਂ ਨੂੰ ਸਮਝਾਉਣ ਦੇ ਵਿੱਚ। ਇਸ ਲਈ ਅਣਐਲਾਨੀ ਜਿਹੜੀ ਮਾਮਲਾ ਹੈ, ਜਿਵੇਂ ਹੁਣ ਤੁਸੀਂ ਦੇਖੋ ਕਿ ਉਦੋਂ ਤੋਂ ਲੈ ਕੇ ਇੱਕ ਜਿਹੜਾ ਸਾਡੇ ਸਾਹਮਣੇ ਇੱਕ ਰਿਪੋਰਟ ਆਈ ਹੈ, ਰਿਪੋਰਟ ਕਿਹੜੀ ਆਈ ਹੈ, ਭੀਮਾ ਕੌਰਾਂਗਾ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ, ਜਿਹੜੇ 16 ਲੇਖਕ ਬੁੱਧੀਜੀਵੀ ਵਕੀਲ ਬੰਦ ਨੇ ਜਿਹਨਾਂ ਦੀ ਜ਼ਮਾਨਤ ਨਹੀਂ ਹੋਈ 2 ਸਾਲਾਂ ਤੋਂ। ਉਹ ਰਿਪੋਰਟ ਇਹ ਆ ਰਹੀ ਹੈ ਅਮਰੀਕਾ ਆਧਾਰਿਤ ਇੱਕ ਵੱਡੀ ਲੈਬ ਹੈ ਜਿਹਨੇ ਇਹ ਫੈਸਲਾ ਕੀਤਾ ਹੈ ਕਿ ਜਿਹੜਾ ਮੇਨ ਆਦਮੀ ਰੋਨਾ ਵਿਲਸਨ, ਉਹਦੇ ਕੰਪਿਊਟਰ ਦੇ ਵਿੱਚ ਕਈ ਸਾਲ ਪਹਿਲਾਂ ਬਾਹਰੋਂ ਹੈਕ ਕਰਕੇ ਹੀ ਉਹ ਮੇਲਾਂ ਪਾ ਦਿੱਤੀਆਂ ਗਈਆਂ, ਛੁਪਾ ਦਿੱਤੀਆਂ ਗਈਆਂ, ਜਿਹੜੀਆਂ ਉਹਨੂੰ ਵੀ ਨਹੀਂ ਸੀ ਪਤਾ, ਤੇ ਉਹ ਜਿਹੜੀ ਉਹਦੀ ਡਿਫੈਂਸ ਧਿਰ ਨੇ ਉਹ ਰਿਪੋਰਟ ਲਿਆਂਦੀ ਹੈ।
ਉਹ ਰਿਪੋਰਟ ਦੀ ਜਾਂਚ ਤਾਂ ਹੁਣ ਚਾਹੀਦੀ ਹੈ ਨਾ, ਜੇ ਜਮਹੂਰੀਅਤ ਜੇ ਇਨਸਾਫ ਦੀ ਗੱਲ, ਪਰ ਕੋਈ ਵੀ ਅਦਾਲਤ ਤੇ ਕੋਈ ਵੀ ਸਰਕਾਰ ਉਹਦੀ ਜਾਂਚ ਦਾ ਵੀ ਸੱਦਾ ਕਿਉਂ ਨਹੀਂ? ਔਰ ਉਹ ਰਿਪੋਰਟ ਬੜੀ ਖਤਰਨਾਕ ਰਿਪੋਰਟ ਹੈ, ਜੇ ਉਹ ਰਿਪੋਰਟ ਸਾਬਤ ਸੱਚੀ ਹੁੰਦੀ ਹੈ ਜਾਂਚ ਦੇ ਵਿੱਚ, ਤਾਂ ਇਹਦਾ ਮਤਲਬ ਇਹ ਹੈ ਕਿ ਕਿੰਨੀ ਖਤਰਨਾਕ ਗੱਲ ਹੋ ਜਾਏਗੀ ਕਿ ਕੋਈ ਬੰਦੇ ਬੈਠ ਕੇ ਸੱਤਾ 'ਚ ਪਲਾਨਿੰਗ ਕਰਨਗੇ, ਤੁਹਾਡੇ ਮੇਰੇ ਕਿਸੇ ਦੇ ਵੀ ਕੰਪਿਊਟਰ ਦੇ ਵਿੱਚ ਇੱਕ ਗੱਲ ਹੋਏਗੀ, 2 ਸਾਲਾਂ ਬਾਅਦ ਰੇਡ ਪਏਗੀ, ਉਹ ਕਹਿ ਦੇਣਗੇ ਆਹ ਚਿੱਠੀਆਂ ਨੇ ਤੁਹਾਡੀਆਂ ਮਾਓਵਾਦੀਆਂ ਨੂੰ ਲਿਖੀਆਂ ਹੋਈਆਂ, ਆਹ ਚਿੱਠੀਆਂ ਨੇ ਤੁਹਾਡੀ ਅੱਤਵਾਦੀਆਂ ਨੂੰ ਲਿਖੀਆਂ ਹੋਈਆਂ, ਚੱਕ ਕੇ ਤੁਹਾਨੂੰ ਅੰਦਰ ਕਰ ਦੇਣਗੇ। ਬਿਲਕੁਲ, ਇਹਨੂੰ ਸਟੇਟ ਟੈਰਰਿਜ਼ਮ ਦਾ ਨਾਂ ਜਾਂ ਸਟੇਟ ਦੇ ਨਾਂ ਤੇ ਜਿਹੜੇ ਲੋਕਾਂ ਦੇ ਨਾਲ ਜ਼ਿੰਦਗੀ ਨਾਲ ਖਿਲਵਾੜ ਦਾ ਨਾਂ ਦਿੱਤਾ ਜਾਂਦਾ। ਇਸ ਲੈਵਲ ਦੀ ਜਿਹੜੀ ਇਹ ਐਮਰਜੈਂਸੀ ਆ ਉਹਨਾਂ ਨਾਲ, ਇਹ ਜ਼ਿਆਦਾ ਖਤਰਨਾਕ ਹੈ ਕਿ ਜਦੋਂ ਸਟੇਟ ਸਾਜਿਸ਼ ਕਰਨ ਲੱਗ ਜੇ ਆਪਣੇ ਲੋਕਾਂ ਦੇ ਖਿਲਾਫ, ਪ੍ਰਾਈਵੇਟ ਬੰਦੇ ਜਾਂ ਹੋਰ ਲੋਕ ਸਾਜਿਸ਼ ਕਰਦੇ ਨੇ ਉਹ ਅਲੱਗ ਗੱਲ, ਇਹ ਜਿਹੜਾ ਸਾਜਿਸ਼ ਨੁਮਾ ਤੱਥ ਸਾਡੇ ਸਾਹਮਣੇ ਆ ਰਹੇ ਨੇ, ਇਹ ਜ਼ਿਆਦਾ ਖਤਰਨਾਕ ਨੇ ਔਰ ਇਹਨਾਂ ਨੂੰ ਜ਼ਿਆਦਾ ਧਿਆਨ ਦੇ ਨਾਲ, ਔਰ ਅਦਾਲਤਾਂ ਦੀ ਵੀ ਇਹ 'ਚ ਜ਼ਿੰਮੇਵਾਰੀ ਹੈ ਕਿ ਇਹਨਾਂ ਤੇ ਸੂਹ ਮੋਟੋ ਵੀ ਲੈਣ। ਜਿਹੜੀਆਂ ਰਿਪੋਰਟਾਂ ਛਪੀਆਂ ਨੇ ਅਖਬਾਰਾਂ ਦੇ ਵਿੱਚ, ਉਹਨਾਂ ਨੇ ਅਦਾਲਤ 'ਚ ਵੀ ਜਮ੍ਹਾਂ ਕਰਾਈਆਂ ਨੇ, ਤੇ ਇਹਨਾਂ ਦੀ ਸਾਹਮਣੇ ਜਾਂਚ ਤਾਂ ਲੋਕਾਂ ਨੂੰ ਲੱਗਣ ਲੱਗੂਗਾ ਉਸ ਤੋਂ ਬਾਅਦ ਕਿ ਨਹੀਂ ਸਾਰੇ ਪੱਖਾਂ ਤੋਂ ਇਨਸਾਫ਼ ਹੋ ਸਕਦਾ। ਇਸੀ ਕੋਈ ਗੱਲ ਨਹੀਂ, ਇਨਸਾਫ਼ ਜਿਵੇਂ ਕਹਿੰਦੇ ਨੇ ਹੋਣਾ ਹੀ ਨਹੀਂ ਚਾਹੀਦਾ, ਲੱਗਣਾ ਵੀ ਚਾਹੀਦਾ ਕਿ ਇਨਸਾਫ਼ ਹੋ, ਉਹ ਲੱਗਣ ਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਣੀ ਹੈ ਜੇ ਲੋਕਾਂ ਦੀ ਜਾਗਰੂਕਤਾ ਦੇ ਵਿੱਚ ਵੀ ਔਰ ਅਦਾਲਤਾਂ ਦੇ ਮਾਮਲੇ ਦੇ ਵਿੱਚ ਵੀ ਔਰ ਸਾਡੇ ਸਿਆਸਤ ਦੇ ਵਿੱਚ ਵੀ, ਸਿਆਸੀ ਧਿਰਾਂ ਨੂੰ ਵੀ, ਕਿ ਇੱਕ ਅਲੱਗ ਟਾਈਪ ਦੀ ਵਿਚਾਰਧਾਰਕ ਮਾਹੌਲ ਸਿਰਜਣ ਦਾ ਜਿਹੜਾ ਸਵਾਲ ਹੈ, ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਪੈਣੀ। ਬਿਲਕੁਲ ਬਿਲਕੁਲ, ਸੁਪਰੀਮ ਕੋਰਟ ਦੀ ਇੱਕ ਇੱਕ ਟਿੱਪਣੀ ਜਿਹੜੀ ਹੈ ਉਹ ਗਹਿਰੀ ਤੇ ਗੰਭੀਰ ਚਰਚਾ ਮੰਗਦੀ ਹੈ। ਜਦੋਂ ਜਾਤ ਪਾਤ ਤੇ ਧਰਮ ਆਧਾਰਿਤ ਵਖਰੇਵੇਂ ਦੀ ਵੀ ਗੱਲ ਹੁੰਦੀ ਹੈ ਅਮੀਰ ਸਿੰਘ ਜੀ, ਇਹ ਵੀ ਇੱਕ ਖਾਸ ਟਿੱਪਣੀ ਜਿਹੜੀ ਹੈ ਇਹ ਮੌਜੂਦਾ ਹਾਲਾਤਾਂ ਵਿੱਚ ਜਦੋਂ ਹੋ ਜਾਂਦੀ ਹੈ ਕਿ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਇੱਕ ਏਜੰਡਾ ਲੈ ਕੇ ਤੁਰੀ ਹੋਈ ਹੈ ਸਰਕਾਰ, ਜਦੋਂ ਸੁਪਰੀਮ ਕੋਰਟ ਇਹ ਕੁਝ ਕਹਿੰਦਾ ਹੈ ਕਿ ਜਾਤ ਪਾਤ ਅਤੇ ਧਰਮ ਦੇ ਵਖਰੇਵੇਂ ਵੀ ਪੈਦਾ ਕੀਤੇ ਜਾਂਦੇ ਨੇ ਸਿਆਸੀ ਪਾਰਟੀਆਂ ਵੱਲੋਂ, ਸਿਆਸੀ ਲੀਡਰਾਂ ਵੱਲੋਂ, ਆਮ ਲੋਕਾਂ ਦੀ ਗੱਲ ਨਹੀਂ ਇਹਦੇ ਵਿੱਚ। ਨਹੀਂ, ਉਹ ਸਦਾ ਹੀ ਹੈ ਸਾਡਾ ਚੋਣ ਪ੍ਰਣਾਲੀ ਤਾਂ ਹੈ ਹੀ ਜਾਤ ਤੇ ਧਰਮ ਤੇ ਖੜੀ ਹੈ ਨਾ ਪੂਰੀ, ਔਰ ਉਹਨੂੰ ਕਹਿ ਕੇ ਜਿੰਨੀਆਂ ਵੀ ਭਾਸ਼ਣ ਹੁੰਦੇ ਨੇ, ਜਿੰਨਾ ਵੀ ਜੇ ਕੋਈ ਦਿੱਲੀ ਦੇ ਵਿੱਚ ਖੜ ਕੇ ਇੱਕ ਮੰਤਰੀ ਇਹ ਕਹਿੰਦਾ ਕਿ ਤੁਸੀਂ ਬਟਨ ਦੱਬਣਾ ਹੈ ਮਸ਼ੀਨ ਦਾ, ਉਹਦਾ ਕਰੰਟ ਸ਼ਹੀਨ ਬਾਗ ਤੱਕ ਜਾਣਾ ਚਾਹੀਦਾ, ਇਹ ਧਰਮ ਇੱਕ ਧਰਮ ਨੂੰ ਉਕਸਾਉਣ ਦਾ ਸਵਾਲ ਨਹੀਂ, ਦੂਜੇ ਧਰਮ ਦੇ ਖਿਲਾਫ ਨਹੀਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਜਦੋਂ ਤੁਸੀਂ ਇੱਕੋ ਧਰਮ ਦੇ ਇੱਥੋ ਜਾ ਕੇ ਬੰਗਾਲ ਦੇ ਵਿੱਚ ਕਦੇ ਕਿਤੇ ਲਾਗੂ ਕਰਦੇ ਹੋ ਤਾਂ ਉਹਨੂੰ ਤੁਸੀਂ ਕੀ ਕਹੋਗੇ? ਸਾਡੀ ਸਟੇਟ ਦਾ ਮਤਲਬ ਇਹ ਹੈ, ਸਟੇਟ ਇਹ ਕਹਿੰਦੀ ਹੈ ਵੀ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦੀ ਮਾਨਤਾ ਦਿੰਦੇ ਹਾਂ, ਸਾਡਾ ਕੋਈ ਆਪਣਾ ਧਰਮ ਉਸ ਲੈਵਲ ਤੇ ਨਹੀਂ, ਹਰ ਬੰਦੇ ਨੂੰ ਆਪਣਾ ਬਰਾਬਰ ਦਾ ਹੱਕ। ਪਰ ਜਦੋਂ ਤੁਸੀਂ ਅਹੁਦੇ ਤੇ ਰਹਿੰਦੇ ਹੋਏ, ਸਰਕਾਰੀ ਅਹੁਦਿਆਂ ਤੇ, ਪੋਲੀਟੀਕਲ ਅਹੁਦਿਆਂ ਤੇ ਰਹਿੰਦੇ ਹੋਏ ਇੱਕ ਧਰਮ ਦੀ ਵਾਹਵਾ ਕਰਦੇ ਹੋ ਤੇ ਦੂਜੇ ਧਰਮਾਂ ਨੂੰ ਨੀਚਾ ਦਿਖਾਉਂਦੇ ਹੋ ਤਾਂ ਇਹ ਸੰਵਿਧਾਨ ਦੀ ਉਲੰਘਣਾ ਸ਼ਰੇਆਮ ਦਿਖਾਈ ਦੇ ਰਹੀ ਹੈ। ਤੁਸੀਂ ਉਹ ਕਾਰਨਾਮਾ ਕਰ ਰਹੇ ਹੋ ਜਿਹੜਾ ਕਾਰਨਾਮਾ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਨਸਾਫ਼ ਪਸੰਦੀ ਨਹੀਂ ਹੈ। ਇਸੇ ਕਰਕੇ ਇਹ ਜਿਹੜੇ ਸਵਾਲ ਨੇ ਕਿ ਜਾਤ, ਸਾਡੇ ਤਾਂ ਸ਼ੁਰੂ ਹੀ ਉੱਥੋਂ ਹੁੰਦਾ ਕਿ ਜਿਹੜੇ ਏਰੀਏ 'ਚ ਜਾਤ, ਕਿਹੜੀ ਜਾਤ ਦੇ ਜ਼ਿਆਦਾ ਬੰਦੇ ਨੇ ਉਮੀਦਵਾਰ ਉਹ ਹੋਊਗਾ, ਜਿਹੜੇ ਏਰੀਏ 'ਚ ਜਿਹੜੇ ਧਰਮ ਦੇ ਜ਼ਿਆਦਾ ਬੰਦੇ ਨੇ ਉਹ ਹੋਊਗਾ। ਸੰਵਿਧਾਨ ਕਹਿੰਦਾ ਕਿ ਸਾਡੀ ਸਰਕਾਰ ਅਤੇ ਸਾਡੇ ਸਮਾਜ ਦੀ ਜ਼ਿੰਮੇਵਾਰੀ ਹੈ ਸਾਇੰਟੀਫਿਕ ਟੈਂਪਰਾਮੈਂਟ ਬਣਾਉਣਾ ਲੋਕਾਂ ਦਾ, ਵਿਗਿਆਨਕ ਨਜ਼ਰੀਆ ਬਣਾਉਣਾ, ਤੇ ਵਿਗਿਆਨਕ ਨਜ਼ਰੀਆ ਤਾਂ ਫਿਰ ਇਹ ਤੋਂ ਬਿਲਕੁਲ ਅਲੱਗ ਗੱਲ ਹੈ ਕਿ ਤੁਸੀਂ ਉਹ ਤਾਂ ਨਹੀਂ ਬਣਾ ਰਹੇ ਉਸ ਪੱਧਰ ਦੇ ਉੱਤੇ। ਇਹ ਸਾਰੀਆਂ ਗੱਲਾਂ ਹੀ ਸੰਵਿਧਾਨ ਦੇ ਵੀ ਖਿਲਾਫ ਜਾ ਰਹੀਆਂ ਨੇ, ਨਾ ਕੇਵਲ ਇਕੱਲੀ ਇੱਕ ਗੱਲ ਹੈ, ਇਕੱਲੀ ਸੁਪਰੀਮ ਕੋਰਟ ਦਾ ਸਵਾਲ ਹੈ। ਜੇ ਸੁਪਰੀਮ ਕੋਰਟ ਜਾਂ ਅਦਾਲਤਾਂ ਜਾਂ ਜਿਹਨਾਂ ਨੂੰ ਕਾਨੂੰਨ ਦੀ ਵਿਆਖਿਆ ਕਰਨ ਦਾ ਅਧਿਕਾਰ ਮਿਲਿਆ, ਉਹ ਜੇ ਇਸ ਨਜ਼ਰੀਏ ਨਾਲ ਦੇਖਣਗੇ ਤਾਂ ਬੁਨਿਆਦੀ ਗਲਤੀਆਂ ਉੱਥੋਂ ਸ਼ੁਰੂ ਹੋ ਜਾਂਦੀਆਂ ਨੇ। ਪਹਿਲਾਂ ਥੋੜਾ ਸੀ ਆਟੇ 'ਚ ਲੂਣ ਚੱਲ ਜਾਂਦਾ ਹੁੰਦਾ, ਉਹਦੀ ਕੋਈ ਉਹ ਨਹੀਂ ਕਰਦਾ, ਮਤਲਬ ਬਹੁਤ ਜ਼ਿਆਦਾ ਉਹਦੇ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਪਰ ਜੇ ਆਟਾ ਲੂਣ ਨਾਲੇ ਭਰ ਜੇ ਤੇ ਆਟਾ ਬਹੁਤ ਥੋੜਾ ਰਹਿ ਜੇ ਤਾਂ ਰੋਟੀ ਖਾਧੀ ਨਹੀਂ ਜਾਂਦੀ, ਤਾਂ ਫਿਰ ਉਸ ਚੀਜ਼ਾਂ ਨਹੀਂ ਚੱਲਦੀਆਂ ਉਸ ਪੱਧਰ ਦੇ ਉੱਤੇ।
ਇਸ ਕਰਕੇ ਵੱਧਦੀ ਜਾ ਰਹੀ ਹੈ ਬਿਮਾਰੀ, ਹੁਣ ਆ ਕੇ ਇਹ ਬਿਲਕੁਲ ਹੀ ਸ਼ਰਿਆਮ ਓਪਨ ਹੋ ਗਈ, ਬੇਪਰਦ ਹੋ ਗਈ ਹੈ। ਔਰ ਉਹ ਬੇਪਰਦ ਜਿਹੜਾ ਮਾਹੌਲ ਹੈ ਉਦੋਂ ਉਹਨੂੰ ਇਕੱਲੀਆਂ ਅਦਾਲਤਾਂ ਵੀ ਨਹੀਂ ਬਾਕੀ ਵੀ ਨਹੀਂ, ਇਹ ਲੋਕਾਂ ਦੀ ਜਾਗਰੂਕਤਾ ਤੇ ਲੋਕਾਂ ਦਾ ਜਮਹੂਰੀ ਟੈਂਪਰਾਮੈਂਟ ਜੇਕਰ ਬਣੂਗਾ ਕਿ ਦੇਸ਼ ਐਂ ਬਚਣਾ ਨਹੀਂ ਜਾਂ ਲੋਕ ਐਂ ਬਚਣੇ ਨਹੀਂ ਜਾਂ ਇਨਸਾਨੀਅਤ ਐਂ ਬਚਣੀ ਨਹੀਂ, ਜਦੋਂ ਇਕੱਠੇ ਹੋ ਕੇ ਇੱਕ ਕੋਈ ਵੱਡਾ ਹਮਲਾ ਮਾਰਨਗੇ, ਜਿਵੇਂ ਤੁਸੀਂ ਦੇਖੋ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦੀ ਇਹ ਬੜੀ ਵੱਡੀ ਪ੍ਰਾਪਤੀ ਹੈ ਹੋਰਾਂ ਗੱਲਾਂ ਦੇ ਨਾਲ ਨਾਲ, ਸ਼ਾਂਤਮਈ ਰਹਿਣਾ ਤੇ ਜਾਤ ਧਰਮ ਤੋਂ ਉੱਪਰ ਉੱਠ ਕੇ ਸਾਰੇ ਲੋਕਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ। ਔਰ ਇਸੇ ਕਰਕੇ ਸ਼ਾਇਦ ਮੌਜੂਦਾ ਸਰਕਾਰ ਨੂੰ ਜ਼ਿਆਦਾ ਤਕਲੀਫ ਦਿੰਦਾ ਕਿ ਯੂਪੀ ਦੇ ਵਿੱਚ ਜਿਹੜਾ ਹਿੰਦੂ ਮੁਸਲਿਮ ਹੋ ਰਿਹਾ ਸੀ ਤੇ ਅੱਜ ਕੱਲ੍ਹ ਉਹ ਕਿਸਾਨ ਮੁਸਲਿਮ ਤੇ ਹਿੰਦੂ ਇਕੱਠੇ ਲੜਾਈ ਲੜ ਰਹੇ ਨੇ ਉਸ ਪੱਧਰ ਦੇ ਉੱਤੇ। ਇਹੋ ਜਿਹੜੇ ਅੰਦੋਲਨ ਨੇ ਜਿਹੜੇ ਸਮਾਜਿਕ ਤੇ ਸਿਆਸੀ ਤੇ ਆਰਥਿਕ ਅੰਦੋਲਨ ਹੁੰਦੇ ਨੇ, ਜੇ ਉਹ ਠੀਕ ਪਰਸਪੈਕਟਿਵ ਦੇ ਵਿੱਚ ਅੱਗੇ ਵੱਧਦੇ ਨੇ ਤਾਂ ਉਹ ਤੋੜ ਹੋ ਜਾਂਦੇ ਨੇ ਦੂਜੀਆਂ ਗਲਤ ਗੱਲਾਂ ਦਾ। ਇਹ ਹੈ ਲੋਕਾਂ ਦੀ ਭੂਮਿਕਾ ਦੇ ਵਿੱਚ, ਲੋਕਾਂ ਦੀ ਕੰਟਰੀਬਿਊਸ਼ਨ। ਜੇ ਇਹਦੇ ਨਾਲ ਸਪੋਰਟ ਅਦਾਲਤਾਂ ਦੀ ਵੀ ਹੋ ਜੇ ਤਾਂ ਇਹ ਇੱਕ ਔਰ ਇੱਕ 11 ਹੋ ਸਕਦੇ ਨੇ, ਤਾਂ ਬਹੁਤ ਵੱਡੇ ਪੱਧਰ ਤੇ ਸਮਾਜ ਬਦਲ ਸਕਦਾ ਔਰ ਗਲਤ ਗੱਲਾਂ ਨੂੰ ਜਵਾਬ ਦਿੱਤਾ ਜਾ ਸਕਦਾ। ਬਿਲਕੁਲ ਬਿਲਕੁਲ। ਅਖੀਰ ਦੇ ਵਿੱਚ ਅਮੀਰ ਸਿੰਘ ਜੀ, ਪੱਛਮੀ ਬੰਗਾਲ ਦੇ ਵਿੱਚ ਇਹ ਵੀ ਉਸੇ ਸੰਦਰਭ ਦੇ ਵਿੱਚ ਜੁੜ ਜਾਂਦਾ ਹੈ ਕਿ ਜਦੋਂ ਉੱਥੇ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਹੁੰਦੀ ਹੈ, ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਦੋਂ ਤੋਂ ਲੈ ਕੇ ਸੂਬਿਆਂ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ, ਕਈ ਥਾਵਾਂ ਤੇ ਸਰਕਾਰਾਂ ਤੋੜ ਦਿੱਤੀਆਂ, ਕਈ ਥਾਵਾਂ ਤੇ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਿੰਸਕ ਮਾਹੌਲ ਪੈਦਾ ਕੀਤਾ ਗਿਆ, ਫਿਰ ਗੱਲ ਰਾਸ਼ਟਰਪਤੀ ਰਾਜ ਤਾਂ ਹੁਣ ਵੀ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਚੱਲ ਰਹੀ ਹੈ ਕਿ ਪੱਛਮੀ ਬੰਗਾਲ ਚ ਕਿਉਂ ਨਾ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਵੇ। ਅਸਲ ਦੇ ਵਿੱਚ ਇਹ ਹੈ ਕਿ ਬੀਜੇਪੀ ਨੂੰ ਪੱਛਮੀ ਬੰਗਾਲ ਦੀ ਜਿਹੜੀ ਹਾਰ ਹੈ ਉਹ ਹਜ਼ਮ ਨਹੀਂ ਹੋ ਰਹੀ ਕਿਸੇ ਵੀ ਤਰੀਕੇ ਨਾਲ। ਆਫਟਰ ਆਲ ਜ਼ੋਰ ਲੱਗਿਆ, ਪ੍ਰਧਾਨ ਮੰਤਰੀ ਨੇ 24 ਰੈਲੀਆਂ ਕੀਤੀਆਂ ਨੇ, ਗ੍ਰਹਿ ਮੰਤਰੀ ਨੇ 27 ਰੈਲੀਆਂ ਕੀਤੀਆਂ ਨੇ, ਤੇ ਤੁਸੀਂ ਤਾਕਤ ਝੋਕਤੀ ਸਾਰਾ ਤਾਮ ਸ਼ਾਮ ਦਾਮ ਦੰਡ ਭੇਦ ਟੋਟਲ ਲਾਤੇ, ਉਹਦੇ ਬਾਅਦ ਵੀ ਹਾਰ ਗਏ। ਔਰ ਇਹ ਗੱਲ ਠੀਕ ਹੈ, ਤਾਕਤਾਂ ਦਾ ਕੇਂਦਰੀਕਰਨ ਹੈ, ਅਜੇ ਤਾਂ ਸਾਡੀਆਂ ਤਾਕਤਾਂ ਕਿਉਂਕਿ ਰਾਜ ਸਭਾ ਚ ਵੀ ਉੱਡੀ ਜ਼ਿਆਦਾ ਮੈਜੋਰਿਟੀ ਵੱਡੀ ਨਹੀਂ ਹੈ ਜਾਂ ਬਾਕੀ ਨਹੀਂ ਹੈ। ਪਹਿਲਾਂ ਕਾਂਗਰਸ ਪਾਰਟੀ ਵੀ ਇਹ ਕਰਦੀ ਰਹੀ ਹੈ, ਪੰਜਾਬ ਨੇ ਸਭ ਤੋਂ ਜ਼ਿਆਦਾ ਖਮਿਆਜਾ ਭੁਗਤਿਆ ਚੁਣੀਆਂ ਹੋਈਆਂ ਸਰਕਾਰਾਂ ਤੋੜਨ ਦਾ, ਔਰ ਇੱਕ ਜ਼ਮਾਨੇ ਤੱਕ ਸਰਕਾਰਾਂ ਟੁੱਟਦੀਆਂ ਰਹੀਆਂ ਨੇ ਐਵੇਂ ਆਰਟੀਕਲ 356 ਦੀ ਵਰਤੋਂ ਕਰਕੇ ਲੋਕਾਂ ਨੇ ਠੀਕ ਠਾਕ ਚੁਣੀਆਂ ਨੇ। ਜੇ ਤੁਸੀਂ ਗਵਰਨਰ ਤੋਂ ਰਿਪੋਰਟ ਲੈ ਕੇ ਕਹਿ ਦਿੰਦੇ ਹੋ ਕਿ ਉੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ, ਖਰਾਬ ਸੀ ਜੀ ਇਸ ਲਈ, ਹਾਲਾਂਕਿ ਇਹਦੇ ਵਿੱਚ ਵੀ ਜਿਹੜੀ ਨਮੂਦਰੀਪਾਦ ਦੀ ਸਰਕਾਰ ਤੋੜੀ ਸੀ ਸਭ ਤੋਂ ਪਹਿਲਾਂ ਕੇਰਲਾ ਦੇ ਵਿੱਚ, ਤੇ ਉਸ ਸਰਕਾਰ ਨੂੰ ਉਸ ਪੱਧਰ ਦੇ ਉੱਤੇ ਇੱਕ ਆਇਆ ਸੀਗਾ ਨਮੂਦਰੀਪਾਦ ਦੀ, ਦੂਸਰੇ ਲੀਡਰ ਜਿਹੜੇ ਨੇ ਉਹਨਾਂ ਦੇ CPM ਦੇ ਲੀਡਰਾਂ ਦੀ, ਔਰ ਉਸ ਦੇ ਵਿੱਚ ਇੱਕ ਜੱਜਮੈਂਟ ਦਿੱਤੀ ਹੋਈ ਹੈ। ਉਹ ਜੱਜਮੈਂਟ ਇਹ ਹੈ ਸਭ ਤੋਂ ਪਹਿਲਾਂ ਕਿ ਕੇਂਦਰ ਸਰਕਾਰ ਮਨਮਾਨੀ ਨਹੀਂ ਕਰ ਸਕਦੀ ਜਿਹੜੀ ਐਮਰਜੈਂਸੀ ਦੀਆਂ ਧਾਰਾਵਾਂ ਨੇ ਉਹਨਾਂ ਦੇ ਨਾਲ, ਤੇ ਉਹ ਮਨਮਰਜ਼ੀ ਜਦੋਂ ਕਰਦੀ ਹੈ ਤਾਂ ਉਹ ਕੀ ਕਰਦੀ ਹੈ ਉਸ ਸਰਕਾਰ ਦੇ ਮਾਮਲੇ ਚ, ਉਹ ਸਰਕਾਰ ਦੇ ਮਾਮਲੇ ਦੇ ਵਿੱਚ ਆਪਣੇ ਆਪ ਤੋੜ ਦਿੰਦੀ ਹੈ ਤੇ ਕੇਵਲ ਇੱਕ ਗਵਰਨਰ ਦੀ ਰਿਪੋਰਟ ਲਈ। ਇਸੇ ਕਰਕੇ ਗਵਰਨਰ ਦੀ ਪੋਸਟ ਤੇ ਇਤਰਾਜ਼ ਹੁੰਦਾ ਕਿ ਕੀ ਗਵਰਨਰ ਸਰਕਾਰ ਦਾ ਸੂਈ ਹੈ ਜਾਂ ਨੁਮਾਇੰਦਾ ਜਾਂ ਸਿਧਾਂਤਕ ਹੈਡ ਹੈ ਕੀ ਹੈ। ਬੰਗਾਲ ਦਾ ਗਵਰਨਰ ਜੋ ਕਰ ਰਿਹਾ ਉਹ ਪੈਰਲਲ ਸਰਕਾਰ ਵਾਂਗ ਕੰਮ ਚਲਾ ਰਿਹਾ ਉੱਥੇ, ਹਾਲਾਂਕਿ ਉਹਦੀ ਕੋਈ ਗਵਰਨਰ ਦੀ ਇਹੋ ਜਿਹੀ ਕੋਈ ਰੋਲ ਨਹੀਂ ਹੁੰਦਾ, ਇਹੋ ਜਿਹੀ ਕੋਈ ਕਾਨੂੰਨੀ ਭੂਮਿਕਾ ਨਹੀਂ ਹੁੰਦੀ। ਇਦੋਂ ਪਹਿਲਾਂ ਕੀ ਹੋਇਆ, ਪੰਜਾਬ ਦੇ ਵਿੱਚ 10 ਸਾਲ ਗਵਰਨਰ ਰਾਜ ਰਿਹਾ ਸਭ ਤੋਂ ਜ਼ਿਆਦਾ, ਮਤਲਬ ਪਿਛਲੇ ਆ ਹੁਣ 20 ਸਾਲ ਛੱਡ ਦਿਓ ਜਿਹਦੇ 'ਚ ਲਗਾਤਾਰ ਸਰਕਾਰ ਚੱਲੀ ਹੈ, ਉਦੋਂ ਪੁਰਾਣੇ 50 ਸਾਲਾਂ 'ਚ 10 ਸਾਲ ਰਾਜ ਗਵਰਨਰ ਰੂਲ ਰਿਹਾ, ਇੱਕ ਵਾਰ ਤਾਂ 5 ਸਾਲ ਪੂਰਾ ਹੀ ਰਿਹਾ, ਮਤਲਬ 1987 ਤੋਂ ਲੈ ਕੇ ਕਿੰਨੇ ਸਾਲ 92 'ਚ ਚੋਣ ਹੋਈ ਹੈ ਪੰਜਾਬ ਦੀ ਜਿਹੜੀ ਸਰਕਾਰ ਦੀ, ਲਗਾਤਾਰ ਹੀ ਗਵਰਨਰ ਰੂਲ ਰਿਹਾ।
ਔਰ 9 ਸਰਕਾਰਾਂ ਤੋੜੀਆਂ ਕਾਂਗਰਸ ਨੇ 1980 ਦੇ ਵਿੱਚ ਆ ਕੇ। ਟੋਟਲ 9 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ। ਉਦੋਂ ਪਹਿਲਾਂ ਜਦੋਂ ਜਨਤਾ ਪਾਰਟੀ 77 ਚ ਆਈ ਸੀ, ਉਹਨੇ ਵੀ 9 ਸਰਕਾਰਾਂ ਤੋੜੀਆਂ ਸੀ ਜਿਹੜੀਆਂ ਕਾਂਗਰਸ ਦੀਆਂ ਸੀ ਵੱਖ ਵੱਖ ਥਾਵਾਂ ਤੇ। ਇਸ ਲਈ ਇਹ ਪ੍ਰੋਸੈਸ ਉਹਦੀ ਦੁਰਵਰਤੋਂ ਬੜੇ ਲੰਬੇ ਸਮੇਂ ਤੋਂ ਤੁਰਦੀ ਆ ਰਹੀ ਹੈ, ਤੇ ਜਿਹੜੇ ਲਾਅ ਕਮਿਸ਼ਨ ਤੋਂ ਲੈ ਕੇ ਵੱਖ ਵੱਖ ਸੰਵਿਧਾਨਕ ਸੰਸਥਾਵਾਂ ਦੀਆਂ ਵੀ ਇਤਰਾਜ਼ ਨੇ ਇਹਨਾਂ ਸਾਰਿਆਂ ਤੇ। ਉਸੇ ਚੋਂ ਸਰਕਾਰੀਆ ਕਮਿਸ਼ਨ ਬਣਿਆ, ਉਸੇ ਚੋਂ ਪੁੰਛੀ ਕਮਿਸ਼ਨ ਬਣਿਆ ਕਿ ਕੇਂਦਰ ਤੇ ਰਾਜਾਂ ਦੇ ਸੰਬੰਧ ਕਿਹੋ ਜਿਹੇ ਹੋਣੇ ਚਾਹੀਦੇ ਨੇ। ਪਰ ਹੁਣ ਜੇਕਰ ਉਹ ਬੰਗਾਲ ਦੀ ਸਰਕਾਰ ਤੋੜਨ ਦੀ ਕੋਈ ਗੱਲ ਹੁੰਦੀ ਹੈ, ਇਸ ਆਧਾਰ ਤੇ ਜਿੰਨੇ ਵੱਡੇ ਪੱਧਰ ਤੇ ਵੋਟਾਂ ਪਈਆਂ ਨੇ, ਜਿੰਨੇ ਵੱਡੇ ਪੱਧਰ ਤੇ ਤਾਕਤ ਹੈ, ਤਾਂ ਇਹ ਮਤਲਬ ਬੇਲਗਾਮ ਹੋ ਸਕਦਾ ਸਿਸਟਮ ਉਸ ਪੱਧਰ ਦੇ ਉੱਤੇ। ਲੋਕਾਂ ਦੀਆਂ ਭਾਵਨਾਵਾਂ ਨਾਲ ਇਸ ਪੱਧਰ ਦਾ ਖਿਲਵਾੜ ਨਹੀਂ ਤੁਸੀਂ ਕਰ ਸਕਦੇ ਜੇ ਤਕਨੀਕੀ ਤਰੀਕੇ ਦੇ ਨਾਲ ਕਰੋਗੇ, ਤਾਂ ਇਹ ਬਹੁਤ ਖਤਰਨਾਕ ਹੋਏਗਾ। ਔਰ ਅਜੇ ਮੈਨੂੰ ਲੱਗਦਾ ਕਿ ਪ੍ਰੈਸ਼ਰ ਦੇ ਹੀ ਟੈਕਟਿਕਸ ਨੇ ਕਿ ਪ੍ਰੈਸ਼ਰ ਬਿਲਡ ਕਰੋ। ਔਰ ਪ੍ਰੈਸ਼ਰ ਕਿੰਨਾ ਕੁ ਪ੍ਰੈਸ਼ਰ ਹੁਣ ਇਹਨਾਂ ਨੇ ਦੇਖ ਵੀ ਲਿਆ ਕਿ ਤ੍ਰਿਣਮੂਲ ਕਾਂਗਰਸ ਜਾਂ ਮਮਤਾ ਬੈਨਰਜੀ ਇਹਨਾਂ ਦੇ ਪ੍ਰੈਸ਼ਰ 'ਚ ਨਹੀਂ ਆਈ, ਨਾ ਪਹਿਲਾਂ ਆਈ ਨਾ ਹਜੇ ਤੱਕ। ਅਜੇ ਤਾਂ ਬੰਗਾਲ 'ਚੋਂ ਬੀਜੇਪੀ ਦੇ ਵਰਕਰ ਟੁੱਟ ਕੇ TMC 'ਚ ਜਾ ਰਹੇ ਨੇ, ਬੜੇ ਹੋਰ ਤਰੀਕੇ ਦੇ ਮਾਹੌਲ ਬਣਦਾ ਜਾ ਰਿਹਾ। ਇਸ ਲਈ ਦੇਸ਼ ਪੱਧਰ ਦੇ ਵਿੱਚ ਵੀ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਜਿਹੜੀਆਂ ਇਹ ਧਾਰਾਵਾਂ ਨੇ ਐਮਰਜੈਂਸੀ ਲਾਉਣ ਦਾ ਅਧਿਕਾਰ ਕੇਂਦਰ ਸਰਕਾਰ ਨੂੰ, ਉਹ ਖੁੱਲ੍ਹੇਆਮ ਮਨਮਾਨੀ ਕਰਨ ਦਾ ਨਹੀਂ ਹੈ, ਔਰ ਉਹਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਏਗੀ। ਔਰ ਲੋਕਤੰਤਰ ਜ਼ਿੰਦਾ ਰੱਖਣ ਲਈ ਸਾਰੇ ਲੋਕ ਜੇਕਰ ਖੜੇ ਹੋਣਗੇ, ਤਾਂ ਸ਼ਾਇਦ ਸਰਕਾਰ ਦੀ ਹਿੰਮਤ ਨਾ ਪਵੇ ਕਿ ਉੱਥੇ ਲਾ ਦਿੱਤਾ ਜਾਏ। ਜਾਂ ਸੁਪਰੀਮ ਕੋਰਟ ਨੇ ਥੋੜ੍ਹੀ ਲਾਉਣਾ, ਸਰਕਾਰ ਲਾਏਗੀ, ਸਰਕਾਰ ਲਾਉਣਾ ਚਾਹੁੰਦੀ, ਉਹ ਤਾਂ ਕਿਸੇ ਨੇ ਕਿਹਾ। ਮਤਲਬ ਇੱਕ ਖਦਸ਼ਾ ਵੀ ਹੁੰਦਾ ਨਾ ਕਿ ਸਰਕਾਰ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ, ਤੇ ਉਹ ਇੱਕ ਜਵਾਬ ਮੰਗਿਆ ਜਾਂਦਾ ਵੀ ਉਹ ਦੱਸੇ ਕਿ ਭਾਈ ਤੂੰ ਤੋੜਨਾ ਚਾਹੁੰਦਾ ਜਾਂ ਨਹੀਂ ਤੋੜਨਾ ਚਾਹੁੰਦਾ, ਕੀ ਕਰਨਾ ਚਾਹੁੰਦਾ। ਉਹ ਇੱਕ ਉਨੀ ਕੁ ਜਵਾਬਦੇਹੀ ਦਾ ਸਵਾਲ ਹੈ, ਪਰ ਲੱਗਦਾ ਨਹੀਂ ਕਿ ਐਡਾ ਗਲਤ ਸਟੈਪ ਉੱਠੇਗਾ। ਜਦੋਂ ਵੀ ਕੋਈ ਐਡਾ ਗਲਤ ਸਟੈਪ ਉੱਠਿਆ, ਤਾਂ ਸਰਕਾਰਾਂ ਨੂੰ ਮੋੜਵਾਂ ਜਵਾਬ ਮਿਲਿਆ ਲੋਕਾਂ ਵੱਲੋਂ ਤੇ ਸਿਆਸਤ ਵੱਲੋਂ ਵੀ ਕਿਸੇ ਨਾ ਕਿਸੇ ਨੂੰ। ਬਿਲਕੁਲ ਬਿਲਕੁਲ, ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਸਮਾਂ ਦੇ। ਜੀ ਸ਼ੁਕਰੀਆ ਜੀ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ, ਸੁਪਰੀਮ ਕੋਰਟ ਦੇ ਚੀਫ ਜਸਟਿਸ, ਉਹਨਾਂ ਦੀ ਟਿੱਪਣੀ, ਉਹਦੇ ਉੱਤੇ ਅਸੀਂ ਚਰਚਾ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਲਗਾਤਾਰ ਹਾਲਾਤ ਜਿਹੜੇ ਨੇ ਉਹ ਮਤਲਬ ਕਿ ਮੰਦਹਾਲੀ ਦੇ ਵੱਲ ਚੱਲ ਰਹੇ ਨੇ, ਜਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਟਿੱਚ ਜਾਣਿਆ ਜਾ ਰਿਹਾ, ਸੁਧਾਰਾਂ ਦੀ ਜ਼ਰੂਰਤ ਹੈ, ਸੁਧਾਰ ਕਿੱਦਾਂ ਹੋ ਸਕਦੇ ਨੇ, ਉਹ ਸਭ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬੀਸਤਾਨ TV ਨੂੰ ਸਬਸਕ੍ਰਾਈਬ ਕਰੋ, ਮੈਨੂੰ ਇਜਾਜ਼ਤ ਦਿਓ, ਧੰਨਵਾਦ।